ਜੁਗੋ ਜੁਗ ਅਟਲ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸਬਾਈਮਾਨ ਗੁਰੂ ਕਲਗੀਧਰ ਪਿਤਾ ਜੀ ਦੇ ਪਾਵਨ ਅਸਥਾਨ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹਾਜ਼ਰ ਗੁਰੂ ਖਾਲਸਾ ਸਾਧ ਸੰਗਤ ਜੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਾਵਨ ਬਾਣੀ ਦੀ ਚੱਲ ਰਹੀ ਲੜੀਵਾਰ ਵਿਚਾਰ ਦੇ ਅੰਤਰਗਤ ਅੱਜ ਦਾ ਇਹ ਪਾਵਨ ਸ਼ਬਦ ਸੁਖਮਨੀ ਸਾਹਿਬ ਜੀ ਦੀ 9ਵੀਂ ਅਸ਼ਟਪਦੀ ਦੀ ਸਮਾਪਤੀ ਉਪਰੰਤ 10ਵੀਂ ਅਸ਼ਟਪਦੀ ਦੀਆਂ 8 ਪੌੜੀਆਂ ਦੇ ਆਰੰਭ ਵਿੱਚ ਜੋ ਦਰਜ ਸਲੋਕ ਹੈ ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰਾਵਾਰ। ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਵੱਲੋਂ ਉਚਾਰਨ ਕੀਤੀ ਪਾਵਨ ਬਾਣੀ ਸੁਖਮਨੀ ਸਾਹਿਬ ਜੀ ਦੀਆਂ 24 ਅਸ਼ਟਪਦੀਆਂ ਵਿੱਚੋਂ ਇਹ 10ਵੀਂ ਅਸ਼ਟਪਦੀ ਆਰੰਭ ਹੋ ਰਹੀ ਹੈ। ਹਰ ਇੱਕ ਅਸ਼ਟਪਦੀ ਵਿੱਚ 8 ਪੌੜੀਆਂ ਹਨ। 8 ਪਦਿਆਂ ਦੇ ਇਸ ਸੰਗ੍ਰਹਿ ਦੇ ਸ਼ੁਰੂ ਵਿੱਚ ਸਤਿਗੁਰਾਂ ਵੱਲੋਂ ਇੱਕ ਸਲੋਕ ਉਚਾਰਨ ਕੀਤਾ ਗਿਆ ਹੈ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਪਾਵਨ ਸਲੋਕ ਦੇ ਅੰਦਰ ਫਰਮਾਇਆ ਹੈ ਕਿ ਪਰਮਾਤਮਾ ਦੀ ਬੇਅੰਤ ਹਨ ਮਨੁੱਖ ਜੋ ਉਸਤਤ ਕਰਦੇ ਹਨ। ਕੁੱਲ ਕਾਇਨਾਤ ਜੀਆ ਜੰਤ ਜੀਵ ਨਿਰਜੀਵ ਸਾਰੇ ਤੱਤ ਉਸ ਅਕਾਲ ਪੁਰਖ ਵਾਹਿਗੁਰੂ ਦੀ ਸਿਫਤ ਉਸਤਤ ਵਿੱਚ ਲੱਗੇ ਹੋਏ ਹਨ। ਆਪਾਂ ਹੁਣ ਤੱਕ ਜੋ ਵਿਚਾਰ ਕੀਤੀ ਹੈ ਸਤਿਗੁਰਾਂ ਨੇ ਪਹਿਲੀ ਅਸ਼ਟਪਦੀ ਵਿੱਚ ਦੱਸਿਆ ਕਿ ਨਾਮ ਸੁੱਖਾਂ ਦੀ ਮਣੀ ਹੈ ਅਤੇ ਨਾਮ ਵਿੱਚੋਂ ਹੀ ਸਾਰਾ ਕੁਝ ਮਿਲਦਾ ਹੈ। ਸਿਮਰੋਂ ਸਿਮਰ ਸਿਮਰ ਸੁਖ ਪਾਵੋ, ਪ੍ਰਭ ਕਹਿ ਸਿਮਰਨ ਰਿੱਧ ਸਿੱਧ ਨੌ ਨਿਧ, ਇਹ ਸਾਰਾ ਕੁਝ ਨਾਮ ਵਿੱਚੋਂ ਹੀ ਹੈ। ਨਾਮ ਤੋਂ ਬਿਨਾਂ ਕਿੱਦਾਂ ਦਾ ਹਾਲ ਹੁੰਦਾ, ਨਾਮ ਦੀ ਕਿੱਥੇ ਲੋੜ ਪੈਂਦੀ ਹੈ ਅਤੇ ਨਾਮ ਤੋਂ ਬਿਨਾਂ ਅਸੀਂ ਕਿਸ ਤਰ੍ਹਾਂ ਦੀਆਂ ਮੁਸ਼ਕਲਾਂ ਦੇ ਵਿੱਚ ਹਾਂ, ਇਹ ਦੂਸਰੀ ਅਸ਼ਟਪਦੀ ਵਿੱਚ ਪਤਾ ਲੱਗਦਾ ਹੈ। ਜਹ ਮਾਤ ਪਿਤਾ ਸੁਤ ਮੀਤ ਨਾ ਭਾਈ, ਮਨ ਊਹਾਂ ਨਾਮ ਤੇਰਾ ਸੰਗ ਸਹਾਈ। ਨਾਮ ਦੀ ਥਾਂ 'ਤੇ ਅਸੀਂ ਭੁਲੇਖੇ ਨਾਲ ਹੋਰ ਕਿਹੜੇ ਕੰਮ ਹਨ ਜਿਹੜੇ ਭਗਤੀ ਸਮਝ ਕੇ ਕਰੀ ਜਾਂਦੇ ਹਾਂ ਪਰ ਹੁੰਦੇ ਉਹ ਪਖੰਡ ਹਨ। ਉਹਨਾਂ ਸਾਰੇ ਕਰਮ ਕਾਂਡਾਂ ਦਾ ਜ਼ਿਕਰ ਮਹਾਰਾਜ ਨੇ ਤੀਸਰੀ ਅਸ਼ਟਪਦੀ 'ਚ ਕੀਤਾ ਹੈ। ਜਾਪ ਤਾਪ ਗਿਆਨ ਸਭ ਧਿਆਨ ਖੱਟ ਸ਼ਾਸਤਰ ਸਿਮਰਤ ਵਖਿਆਨ। ਫਿਰ ਜਦੋਂ ਬੰਦਾ ਇਹਨਾਂ ਕਰਮ ਕਾਂਡਾਂ 'ਚੋਂ ਨਿਕਲ ਕੇ ਸੱਚਮੁੱਚ ਰੱਬ ਦਾ ਨਾਮ ਜਪਣ ਵਾਲੇ ਪਾਸੇ ਆਉਂਦਾ ਉਹ ਕਿਹੋ ਜਿਹਾ ਹੁੰਦਾ, ਉਹ ਚੌਥੀ ਅਸ਼ਟਪਦੀ 'ਚ ਦੱਸਿਆ ਕਿ ਉਹ ਸ਼ੁਕਰਾਨੇ 'ਚ ਹੁੰਦਾ ਅਤੇ ਉਹਦੇ ਗੁਣ ਗਾਉਂਦਾ, ਉਹਦੇ ਉਪਕਾਰ ਯਾਦ ਕਰਦਾ। ਰਮਈਆ ਕੇ ਗੁਣ ਚੇਤ ਪ੍ਰਾਣੀ, ਕਵਨ ਮੂਲ ਅਤੇ ਕਵਨ ਦ੍ਰਿਸ਼ਟਾਨੀ। ਬੰਦਾ ਪਰਮਾਤਮਾ ਦੇ ਗੁਣ ਗਾਵੇ, ਨਾਸਵੰਤ ਸੰਸਾਰ ਦੇ ਗੁਣ ਕਿਉਂ ਨਾ ਗਾਵੇ, ਇਹਦੇ ਲਈ ਸਾਨੂੰ ਜਵਾਬ ਮਿਲ ਜਾਂਦਾ 5ਵੀਂ ਅਸ਼ਟਪਦੀ 'ਚ ਕਿ ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਜ ਜੋਬਨ ਧਨ ਮਾਲ। ਵੀ ਇਹ ਸਾਰਾ ਕੁਝ ਮਿਥਿਆ ਹੈ ਅਤੇ ਇਹਦੇ ਗੁਣ ਗਾਉਣ ਦਾ ਕੋਈ ਫਾਇਦਾ ਨਹੀਂ। ਗੁਣ ਗਾਉਣੇ ਆ ਤਾਂ ਉਹਦੇ ਗਾਓ ਜਿਹਦੀ ਕਿਰਪਾ ਨਾਲ ਇਹ ਸਾਰਾ ਕੁਝ ਹੋਇਆ। ਉਹਦਾ ਗੁਣ ਗਾਉਣੇ, ਸ਼ੁਕਰਾਨਾ ਕਰਨਾ, ਜੋ ਵੀ ਉਹਦਾ ਭਗਤੀ ਦਾ ਕਾਰਜ ਹੈ ਉਹਨੂੰ ਸਤਿਗੁਰੂ ਮਹਾਰਾਜ ਨੇ 6ਵੀਂ ਅਸ਼ਟਪਦੀ ਦੇ ਵਿੱਚ ਸ਼ੁਕਰਾਨੇ ਨੂੰ ਹੋਰ ਖੁੱਲ੍ਹ ਕੇ ਲਿਖਿਆ ਹੈ ਕਿ ਪਰਮਾਤਮਾ ਦੀ ਕਿਰਪਾ ਨਾਲ ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਜਿਹਦੀ ਕਿਰਪਾ ਨਾਲ ਤੇਰੇ ਅਣਗਿਣਤ ਕਾਰਜ ਹੋ ਰਹੇ ਹਨ ਉਹਦਾ ਸਿਮਰਨ ਕਰ, ਸ਼ੁਕਰ ਕਰ। ਇੱਥੋਂ ਤੱਕ ਸਤਿਗੁਰਾਂ ਨੇ ਗੁਰਮਤਿ ਦਾ ਮਾਰਗ ਸਮਝਾ ਦਿੱਤਾ, ਭਗਤੀ ਦਾ, ਨਾਮ ਦਾ। ਨਾਮ ਜਪਣ ਵਾਲਾ ਮਨੁੱਖ ਕਿਹੋ ਜਿਹਾ ਹੁੰਦਾ, ਨਾਮ ਜਪਣ ਵਾਲਿਆਂ ਦੀ ਸੰਗਤ ਕਿਹੋ ਜਿਹੀ ਹੁੰਦੀ ਹੈ ਇਹ 7ਵੀਂ ਅਸ਼ਟਪਦੀ ਦੇ ਵਿੱਚ ਪਤਾ ਲੱਗਦਾ ਹੈ। ਸਾਧ ਜਨਾਂ ਕੀ ਅਚਰਜ ਕਥਾ, ਜਿਨ੍ਹਾਂ ਨੂੰ ਕਹਿ ਲਓ ਕਿ ਪਹਿਲੀਆਂ 6 ਅਸ਼ਟਪਦੀਆਂ ਸਮਝ ਆ ਗਈਆਂ, ਜਿਨ੍ਹਾਂ ਨੇ ਨਾਮ ਜਪ ਲਿਆ, ਜਿਨ੍ਹਾਂ ਨੇ ਕਰਮ ਕਾਂਡ ਪਖੰਡ ਛੱਡ ਦਿੱਤੇ, ਜਿਹੜੇ ਹਰ ਵੇਲੇ ਰੱਬ ਦੇ ਸ਼ੁਕਰਾਨੇ 'ਚ ਜੁੜ ਗਏ, ਜਿਨ੍ਹਾਂ ਨੂੰ ਮਿਥਿਆ ਤਨ ਧਨ ਕੁਟੰਬ ਸਬਾਇਆ ਸਮਝ ਆ ਗਿਆ, ਉਹ ਮਨੁੱਖ ਬਣਦੇ ਨੇ ਸਾਧੂ। ਅਤੇ ਉਹਨਾਂ ਦੀ ਸੰਗਤ ਕਿੱਦਾਂ ਦੀ ਹੁੰਦੀ ਹੈ
ਸਾਧਕ ਸੰਗ ਮੁਕੂਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧਕ ਸੰਗ ਮਿਟੈ ਅਭਿਮਾਨ, ਸਾਧਕ ਸੰਗ ਪ੍ਰਗਟੈ ਸੁਗਿਆਨ। ਉਹ ਅੱਠ ਪੌੜੀਆਂ ਸਾਧੂ ਦੀ ਅਵਸਥਾ ਦਾ ਜ਼ਿਕਰ ਕਰਦੀਆਂ ਹਨ। ਸਾਧੂ ਜੋ ਹੈ, ਜੋ ਵੀ ਆਪਣੇ ਮਨ ਨੂੰ ਸਾਧ ਲੈਂਦਾ ਹੈ, ਜੋ ਸੱਚੇ ਗਿਆਨ ਦੇ ਨਾਲ ਭਰਪੂਰ ਹੈ, ਬ੍ਰਹਮ ਦਾ ਗਿਆਤਾ ਹੈ, ਬ੍ਰਹਮ ਗਿਆਨੀ ਹੈ, ਉਹਦੇ ਜੀਵਨ ਵਿੱਚ ਕਿੰਨੀਆਂ ਵੱਡੀਆਂ ਤਬਦੀਲੀਆਂ ਆ ਜਾਂਦੀਆਂ, ਉਹ ਕੀ ਤੋਂ ਕੀ ਹੋ ਜਾਂਦਾ ਹੈ, ਇਹ ਸਾਰਾ ਕੁਝ ਮਹਾਰਾਜ ਨੇ ਦੱਸਿਆ ਹੈ। ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮੈਂ ਕਮਲ ਲੇਪ, ਅੱਠਵੀਂ ਅਸ਼ਟਪਦੀ ਵਿੱਚ। ਇਸ ਤੋਂ ਬਿਨਾਂ ਕੁਝ ਹੋਰ ਨਾਮ ਥਾਮ ਜਿਨ੍ਹਾਂ ਦੇ ਨਾਲ ਬੰਦਾ ਜੁੜਿਆ ਹੁੰਦਾ, ਆਪਣੀ ਪਛਾਣ ਬਣਾ ਕੇ ਬੈਠਾ ਹੁੰਦਾ, ਕੋਈ ਵੈਸ਼ਨਵ ਹੈ, ਕੋਈ ਪੰਡਿਤ ਹੈ, ਕੋਈ ਰਾਮਦਾਸ ਹੈ, ਕੋਈ ਕਿਸੇ ਪ੍ਰਕਾਰ ਦਾ ਅਪਰਸ ਹੈ, ਕੋਈ ਯੋਗੀ ਹੈ, ਵੱਖਰੀਆਂ ਵੱਖਰੀਆਂ ਪਛਾਣਾਂ ਲੈ ਕੇ ਬੰਦਾ ਧਰਮ ਦੇ ਕੰਮ ਕਰਦਾ ਆਪਣੇ ਵੱਲੋਂ, ਪਰ ਉਹਨੂੰ ਸਹੀ ਧਰਮੀ ਹੋਣ ਦੀ ਪਰਿਭਾਸ਼ਾ ਦਾ ਪਤਾ ਨਹੀਂ ਹੁੰਦਾ। ਇਹ ਸਤਿਗੁਰਾਂ ਨੇ ਨੌਵੀਂ ਅਸ਼ਟਪਦੀ ਵਿੱਚ ਦੱਸਿਆ ਵੀ ਅਸਲ ਵਿੱਚ ਬੰਦੇ ਨੂੰ ਕੀ ਕਰਨਾ ਚਾਹੀਦਾ ਹੈ, ਅਤੇ ਉਹ ਕਿਉਂਕਿ ਬੰਦਾ ਆਪਦੇ ਕਿਸੇ ਹਉਮੈ ਨਾਲ ਜੁੜ ਜਾਂਦਾ, ਧੜੇ ਨਾਲ ਜੁੜ ਜਾਂਦਾ ਹੈ, ਆਪਦੇ ਭੇਖ ਨਾਲ ਜੁੜ ਜਾਂਦਾ, ਉਹਨੂੰ ਅਸਲੀ ਧਰਮ ਸਮਝ ਨਹੀਂ ਆਉਂਦਾ। ਅਸਲੀ ਧਰਮ ਕੀ ਹੈ ਉਹ ਬੰਦੇ ਨੂੰ ਕਿੱਦਾਂ ਸਮਝ ਆਵੇ? ਫਿਰ ਮਹਾਰਾਜ ਨੇ ਉਹਨਾਂ ਦੇ ਨਾਮ ਵਰਤ ਕੇ ਅਪਰਸ ਨੂੰ ਦੱਸਿਆ ਵੀ ਵੈਸ਼ਨਵ, ਸੋ ਜਿਹੜਾ ਵੈਸ਼ਨਵ ਹੈ ਉਹਨੂੰ ਦੱਸਿਆ ਵੀ ਵੈਸ਼ਨਵ ਉਹ ਹੁੰਦਾ ਜਿਹੜਾ ਪਰਮਾਤਮਾ ਦੀ ਪ੍ਰਸੰਨਤਾ ਲਵੇ। ਇੱਦਾਂ ਹੀ ਅਪਰਸ ਕੌਣ ਹੈ? ਮਿਥਿਆ ਨਾ ਹੀ ਰਸਨਾ ਪਰਸ, ਮਨ ਮੈਂ ਪ੍ਰੀਤ ਨਿਰੰਜਨ ਦਰਸ। ਪੰਡਿਤ ਕੌਣ ਹੈ? ਸੋ ਪੰਡਿਤ ਜੋ ਮਨ ਪ੍ਰਬੁੱਧ ਹੈ। ਫਿਰ ਇਸੇ ਤਰ੍ਹਾਂ ਹੀ ਤਿਸਕਾ ਨਾਮ ਸਤ ਰਾਮਦਾਸ, ਬੰਦੇ ਨੂੰ ਜਿਹੜਾ ਨਾਮ ਜਾਂ ਜਿਹੜੀ ਪਛਾਣ, ਜਿਹੜੀ ਆਈਡੈਂਟੀ ਬੰਦੇ ਨੂੰ ਆਪਣੀ ਪਿਆਰੀ ਲੱਗਦੀ ਹੈ, ਉਹਦੀ ਪਛਾਣ ਦਾ ਨਾਮ ਵਰਤ ਕੇ ਗੁਰੂ ਸਾਹਿਬ ਜੀ ਨੇ ਉਹਨੂੰ ਸਿੱਖੀ ਵਾਲੇ ਅਸੂਲ, ਗੁਰਮਤ ਦੇ ਅਸੂਲ ਸਮਝਾ ਦਿੱਤੇ ਵੀ ਤੂੰ ਇੱਦਾਂ ਦਾ ਅਪਰਸ ਬਣ, ਇੱਦਾਂ ਦਾ ਪੰਡਿਤ ਬਣ, ਇੱਦਾਂ ਦਾ ਅਪਰਸ ਵੈਸ਼ਨਵ ਬਣ, ਇੱਦਾਂ ਦਾ ਰਾਮਦਾਸ ਬਣ। ਹੁਣ ਦਸਵੀਂ ਅਸ਼ਟਪਦੀ ਵਿੱਚ ਕੀ ਸਤਿਗੁਰੂ ਮਹਾਰਾਜ ਕਿਰਪਾ ਕਰ ਰਹੇ ਨੇ? ਦਸਵੀਂ ਅਸ਼ਟਪਦੀ ਦੇ ਵਿੱਚ ਜਦੋਂ ਬੰਦਾ ਸਮਝ ਲਓ ਕਿ ਇੱਥੋਂ ਤੱਕ ਪਹੁੰਚ ਗਿਆ, ਇੱਕ ਬ੍ਰਹਮ ਗਿਆਨੀ ਦੀ, ਇੱਕ ਸਾਧੂ ਦੀ ਅਵਸਥਾ ਹੈ, ਹੁਣ ਉਹਦੀਆਂ ਅੱਖਾਂ ਨਾਲ ਦੁਨੀਆ ਵੇਖਣੀ ਆ। ਅਸੀਂ ਪਹਿਲਾਂ ਵੀ ਦੁਨੀਆ ਦੇਖ ਰਹੇ ਹਾਂ, ਸਾਨੂੰ ਤਾਂ ਪਹਿਲਾਂ ਵੀ ਦੇਖ ਹੀ ਰਹੀ ਹੈ, ਪਰ ਇੱਕ ਬ੍ਰਹਮ ਗਿਆਨੀ ਦੀ ਨਿਗਾਹ ਨਾਲ ਵੇਖੋ ਅਤੇ ਫਿਰ ਦੁਨੀਆ ਕਿੱਦਾਂ ਦੀ ਦਿਖਦੀ ਹੈ, ਇਹ ਆ ਦਸਵੀਂ ਅਸ਼ਟਪਦੀ ਵਿੱਚ ਹੈ। ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ, ਜਿਹੜੀਆਂ ਗੱਲਾਂ ਬੰਦੇ ਨੂੰ ਪ੍ਰਭਾਵਿਤ ਕਰਦੀਆਂ, ਜਿਨ੍ਹਾਂ ਤੋਂ ਬੰਦਾ ਬੜਾ ਪ੍ਰਭਾਵਿਤ ਹੁੰਦਾ, ਬੜਾ ਉਹਦਾ ਪ੍ਰਭਾਵ ਮੰਨਦਾ ਹੈ, ਅਤੇ ਉਹਦੇ ਨਾਲ ਹੀ ਉਹਦੀ ਸਾਰੀ ਜ਼ਿੰਦਗੀ ਜੁੜੀ ਹੁੰਦੀ ਆ। ਗੁਰੂ ਸਾਹਿਬ ਜੀ ਬੜੇ ਸਹਿਜ ਸੁਭਾਅ ਹੀ ਬੰਦੇ ਨੂੰ ਉਸ ਪ੍ਰਭਾਵ ਦੇ ਵਿੱਚੋਂ ਕੱਢ ਲਿਆਉਂਦੇ ਆ। ਇਹ ਅਸ਼ਟਪਦੀ ਦਸਵੀਂ ਨੂੰ ਸਮਝਣ ਤੋਂ ਪਹਿਲਾਂ ਆਪਾਂ ਸੋਦਰ ਰਹਿ ਰਾਸ ਵਾਲਾ ਸ਼ਬਦ ਜਿਹੜਾ ਉਹਨੂੰ ਆਪਣੀਆਂ ਅੱਖਾਂ ਅੱਗੇ ਲੈ ਆਈਏ। ਸੋਦਰ ਤੇਰਾ ਕਿਹਾ ਸੋ ਕਰ ਕਿਹਾ, ਜਿੱਤ ਬੈ ਸਰਬ ਸੰਭਾਲੇ। ਜਿੱਥੇ ਲੱਗਦਾ ਕਿ ਸਾਰੇ ਹੀ ਗਾ ਰਹੇ ਨੇ, ਜਾਂ ਫਿਰ ਰਹਿ ਰਾਸ ਦੇ ਵਿੱਚ ਹੀ ਇੱਕ ਹੋਰ ਸ਼ਬਦ ਹੈ ਸੋ ਪੁਰਖ ਵਾਲਾ, ਉਹਦੇ ਵਿੱਚ ਵੀ ਮਹਾਰਾਜ ਨੇ ਦੱਸਿਆ ਵੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤ। ਜਿਵੇਂ ਕੋਈ ਮਨੁੱਖ ਹੈ, ਇੱਕ ਆਪਾਂ ਕਹਾਵਤ ਸੰਸਾਰ ਦੀ ਸੁਣਦੇ ਹਾਂ ਕਿ ਬੱਚਾ ਮੇਲੇ ਵਿੱਚ ਹੈ, ਉਹਨੂੰ ਮੇਲਾ ਸਾਰਾ ਬੜਾ ਸੋਹਣਾ ਲੱਗਦਾ, ਉਹਨਾਂ ਚਿਰ ਸੋਹਣਾ ਲੱਗਦਾ ਜਿੰਨਾ ਚਿਰ ਉਹਦੇ ਹੱਥ ਵਿੱਚ ਉਹਦੇ ਬਾਪੂ ਦੀ ਉਂਗਲ ਹੁੰਦੀ ਆ। ਜਦੋਂ ਬਾਪੂ ਦੀ ਉਂਗਲੀ ਹੱਥੋਂ ਛੁੱਟ ਜੇ, ਉਹੀ ਬੱਚਾ ਉਸੇ ਮੇਲੇ 'ਚ ਗਵਾਚ ਜਾਵੇ, ਅਤੇ ਗਵਾਚਿਆ ਹੋਇਆ ਬੱਚਾ, ਉਹਨੂੰ ਮੇਲੇ ਦੀ ਕੋਈ ਚੀਜ਼ ਵਧੀਆ ਨਹੀਂ ਲੱਗਦੀ, ਉਹ ਰੋਈ ਜਾਂਦਾ। ਲੋਕ ਉਹਨੂੰ ਖਿਡੌਣੇ ਦੇਣ, ਮਠਿਆਈ ਖਵਾਉਣ, ਜੋ ਮਰਜ਼ੀ ਕਰੀ ਜਾਣ, ਉਹ ਬੱਚਾ ਰੋਈ ਜਾਂਦਾ ਵੀ ਮੇਰੀ ਮਾਂ ਕਿੱਥੇ ਆ, ਮੇਰਾ ਬਾਪੂ ਕਿੱਥੇ ਆ। ਮੇਲਾ ਉਹੀ ਹੈ ਜਿਹੜਾ ਵਧੀਆ ਲੱਗਦਾ ਸੀ, ਮੇਲਾ ਉਹੀ ਹੈ ਜਿਹੜਾ ਹੁਣ ਡਰਾਉਣਾ ਲੱਗਦਾ।
ਮੇਲਾ ਹੀ ਡਰਾਉਣਾ ਲੱਗਦਾ, ਮੇਲਾ ਹੀ ਵਧੀਆ ਲੱਗਦਾ। ਕਿਉਂ? ਕਿਉਂਕਿ ਪਹਿਲਾਂ ਹੋਰ ਅੱਖ ਨਾਲ ਵੇਖਦੇ ਸੀ, ਹੁਣ ਹੋਰ ਅੱਖ ਨਾਲ ਵੇਖਦੇ ਹਾਂ। ਇੱਕ ਇਨਸਾਨ ਦੁਨੀਆ ਨੂੰ ਵੇਖਦਾ, ਉਹ ਦੁਨੀਆ ਦੀ ਹਰ ਗੱਲ ਉਹਦੇ ਲਈ ਮਸਲਾ ਹੈ, ਹਰ ਗੱਲ ਉਹਦੇ ਲਈ ਹਉਮੈ ਦਾ, ਲੋਭ ਦਾ, ਕ੍ਰੋਧ ਦਾ, ਚਿੰਤਾ ਦਾ ਕਾਰਨ ਹੈ। ਪਰ ਇੱਕ ਮਨੁੱਖ ਦੁਨੀਆ ਨੂੰ ਵੇਖਦਾ, ਸੰਸਾਰ ਨੂੰ ਵੇਖਦਾ, ਉਹਨੂੰ ਹਰ ਗੱਲ ਵਿੱਚੋਂ ਵਾਹਿਗੁਰੂ ਦਾ, ਪਰਮੇਸ਼ਰ ਦਾ ਕੋਈ ਕੌਤਕ ਨਜ਼ਰ ਆਉਂਦਾ। ਹੁਣ ਅਸੀਂ ਆਪਣੀ ਅੱਖ ਨਾਲ ਵੇਖੀਏ ਤਾਂ ਸੰਸਾਰ ਹੋਰ ਤਰ੍ਹਾਂ ਦਾ, ਇੱਕ ਬ੍ਰਹਮ ਗਿਆਨੀ ਦੀ ਨਿਗਾਹ ਨਾਲ ਵੇਖੀਏ ਤਾਂ ਸੰਸਾਰ ਹੋਰ ਤਰ੍ਹਾਂ ਦਾ। ਅਸੀਂ ਦੇਖਦੇ ਹਾਂ ਸੰਸਾਰ ਨੂੰ ਆਪਣੇ ਹਿਸਾਬ ਨਾਲ, ਅਤੇ ਗੁਰੂ ਸਾਹਿਬ ਜੀ ਦੇਖਦੇ ਨੇ ਆਪਣੇ ਹਿਸਾਬ ਨਾਲ। ਇੱਕ ਸ਼ਬਦ ਆਪ ਜੀ ਨੇ ਸੁਣਿਆ ਹੋਊਗਾ, ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹ ਜਿਹੜੇ ਮ੍ਰਿਗ ਮੀਨ ਜਾਨਵਰ, ਇਹ ਪੰਖੇਰੂ ਬੋਲਦੇ ਆ, ਅਤੇ ਗੁਰੂ ਸਾਹਿਬ ਜੀ ਕਹਿੰਦੇ ਵੀ ਇਹ ਵੀ ਰੱਬ ਤੋਂ ਬਿਨਾਂ ਕੁਝ ਹੋਰ ਨਹੀਂ ਬੋਲਦੇ। ਜਿਹੜਾ ਖੂਹ ਚੱਲਦਾ, ਚਲੋ ਜਾਨਵਰਾਂ ਦਾ ਤਾਂ ਫਿਰ ਵੀ ਦਿਮਾਗ ਹੁੰਦਾ, ਸੋਚ ਸਕਦੇ ਆ। ਇੱਕ ਖੂਹ ਦੀਆਂ ਟਿੰਡਾਂ, ਖੂਹ ਦੀਆਂ ਟਿੰਡਾਂ ਬੈਲ ਤੁਰੇ ਜਾਂਦੇ ਨੇ, ਉਹ ਖੂਹ ਦਾ ਜਿਹੜਾ ਚੱਕ ਹੈ, ਉਹ ਜਿਹੜਾ ਪਹੀਆ ਖੂਹ ਵਾਲਾ ਘੁੰਮਦਾ, ਗਰਾਰੀ ਮਾਲ ਪਈ ਹੁੰਦੀ ਆ ਉੱਤੇ, ਅਤੇ ਥੱਲੇ ਪਾਣੀ ਦੀਆਂ ਟਿੰਡਾਂ ਜਾਂਦੀਆਂ ਅਤੇ ਪਾਣੀ ਭਰ ਜਾਂਦਾ ਹੈ। ਜਿਹੜੇ ਪਹੀਏ ਦੇ ਗੇੜੇ ਨਾਲ ਪਾਣੀ ਦੀ ਟਿੰਡ ਭਰ ਜਾਂਦੀ ਹੈ, ਉਸੇ ਪਹੀਏ ਦੇ ਗੇੜੇ ਨਾਲ ਉਹ ਖਾਲੀ ਵੀ ਹੁੰਦੀ ਹੈ। ਜੈਸੇ ਹਰ ਹਟਕੀ ਮਾਲ ਟਿੰਡ ਲਗਤ ਹੈ, ਇੱਕ ਸੱਖਣੀ ਹੋਰ ਫਿਰ ਪ੍ਰੀਅਤ ਹੈ, ਤੈਸੋ ਹੀ ਇਹ ਖੇਲ ਖਸਮ ਕਾ, ਜਿਉਂ ਉਸ ਕੀ ਵਡਿਆਈ। ਭਰਨ ਵਾਲਾ ਵੀ ਕੰਮ ਉਹਦਾ ਅਤੇ ਖਾਲੀ ਕਰਨ ਵਾਲਾ ਕੰਮ ਵੀ ਉਹਦਾ। ਉਹ ਹਲਟ ਚੱਲਦੇ ਨੇ ਅਤੇ ਹਲਟ ਚੱਲਦੇ 'ਚ ਵੀ ਆਵਾਜ਼ ਆਉਂਦੀ ਹੈ, ਗੱਡਾ ਚੱਲਦਾ ਅਤੇ ਗੱਡੇ ਦੀ ਵੀ ਚੂੰ ਚੂੰ ਦੀ ਆਵਾਜ਼ ਆਉਂਦੀ ਹੈ, ਪਹੀਏ ਜਿਹੜੇ ਪੁਰਾਣੇ ਲੱਕੜ ਦੇ ਹੁੰਦੇ ਸੀ। ਜਿਹੜਾ ਬੰਦਾ ਰੱਬ ਦੀ ਭਗਤੀ 'ਚ ਰੰਗਿਆ ਹੋਇਆ, ਉਹਨੂੰ ਐਂ ਲੱਗਦਾ ਵੀ ਇਹ ਗੱਡਾ ਵੀ ਰੱਬ ਰੱਬ ਕਰ ਰਿਹਾ, ਇਹ ਖੂਹ ਦਾ ਹਲਟ ਵੀ ਰੱਬ ਰੱਬ ਹੀ ਕਰ ਰਿਹਾ। ਹਰ ਹਟ ਪੀ ਤੂੰ ਤੂੰ ਕਰੈਂ, ਬੋਲੈਂ ਭਲੀ ਬਾਣ। ਜਿਹੜੇ ਹਲਟ ਚੱਲਦੇ ਨੇ ਖੂਹਾਂ ਦੇ, ਹੁਣ ਹਲਟ ਤਾਂ ਬੇਜਾਨ ਚੀਜ਼ ਹੈ ਨਾ, ਪਰ ਜਿਹੜਾ ਬੰਦਾ ਰੱਬ ਦੇ ਰੰਗ 'ਚ ਰੰਗਿਆ, ਉਹਨੂੰ ਲੱਗਦਾ ਵੀ ਇਹ ਵੀ ਰੱਬ ਰੱਬ ਕਰਦਾ। ਜੋ ਬੋਲਤ ਹੈ ਮ੍ਰਿਗ ਮੀਨ ਪੰਖੇਰੂ, ਸੋ ਬਿਨ ਹਰ ਜਾਪਤ ਹੈ ਨਹੀਂ ਹੋਰ। ਇਹ ਵੀ ਕੋਈ ਰੱਬ ਤੋਂ ਬਿਨਾਂ ਹੋਰ ਨਹੀਂ ਕੁਝ ਜਪ ਰਹੇ, ਇਹ ਸਾਰੇ ਰੱਬ ਰੱਬ ਹੀ ਜਪ ਰਹੇ ਨੇ, ਇਹ ਜਿੰਨੇ ਵੀ ਪੰਛੀ ਬੋਲਦੇ। ਮੁੱਕਦੀ ਗੱਲ ਇਹ ਕਿ ਇਨਸਾਨ ਦੇ ਆਪਣੇ ਅੰਦਰ ਜਿਹੜਾ ਰੰਗ ਲੱਗਾ, ਜਿਹੜਾ ਚਾਓ ਹੈ, ਉਤਸ਼ਾਹ ਹੈ, ਬਸ ਉਹੀ ਪਰਮਾਤਮਾ ਦਾ ਸਰੂਪ ਹੈ, ਦੀਦਾਰ ਹੈ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾ ਧਾਰ। ਗੁਰੂ ਸਾਹਿਬ ਜੀ ਮਹਾਰਾਜ ਨੇ ਜਪਜੀ ਸਾਹਿਬ ਦੇ ਵਿੱਚ ਵੀ ਦੋ ਪੌੜੀਆਂ ਇੱਦਾਂ ਦੀਆਂ ਉਚਾਰਨ ਕੀਤੀਆਂ ਨੇ, ਹੈ ਤਾਂ ਚਾਰ ਨੇ ਪਰ ਦੋ ਨੂੰ ਆਪਾਂ ਪ੍ਰਮੁੱਖ ਰੱਖ ਲਈਏ। ਸੁਖਮਨੀ ਸਾਹਿਬ ਦੀਆਂ ਆਹ ਜਿਹੜੀ ਅਸ਼ਟਪਦੀ ਆਰੰਭ ਹੋ ਰਹੀ ਹੈ, ਇੱਥੇ ਵਾਲੀਆਂ ਦੋ ਪੌੜੀਆਂ ਅਤੇ ਉੱਥੋਂ ਵਾਲੀਆਂ ਦੋ ਪੌੜੀਆਂ ਜਪਜੀ ਸਾਹਿਬ ਦੀਆਂ, ਉਹਨਾਂ ਦੋਵਾਂ ਨੂੰ ਤੁਸੀਂ ਬਰਾਬਰ ਰੱਖ ਕੇ ਪੜ੍ਹ ਕੇ ਵੇਖਣਾ। ਇੱਕ ਪੌੜੀ ਹੈ ਅਸੰਖ ਜਪ ਅਸੰਖ ਭਾਉ, ਉਹਨੂੰ ਇਸ ਪਹਿਲੀ ਪੌੜੀ ਨਾਲ ਰਲਾ ਲਈਏ ਕਿ ਕਈ ਕੋਟ ਹੋਏ ਪੁਜਾਰੀ, ਕਈ ਕੋਟ ਆਚਾਰ ਵਿਵਹਾਰੀ। ਜਿਹੜੀ ਦੂਜੀ ਪੌੜੀ ਹੈ ਉੱਥੇ ਅਸੰਖ ਮੂਰਖੰਧ ਘੋਰ, ਉਹਨੂੰ ਇਹਦੀ ਦੂਜੀ ਪੌੜੀ ਨਾਲ ਰਲਾ ਲਈਏ ਵੀ ਕਈ ਕੋਟ ਭਏ ਅਭਿਮਾਨੀ, ਕਈ ਕੋਟ ਅੰਧ ਗਿਆਨੀ। ਦੁਨੀਆਂ ਦੇ ਅੰਦਰ ਚੰਗੇ ਤੋਂ ਚੰਗੇ ਬੰਦੇ, ਮਾੜੇ ਤੋਂ ਮਾੜੇ ਬੰਦੇ ਤੁਹਾਨੂੰ ਮਿਲਣਗੇ। ਜਪੀ ਤਪੀਆਂ ਨੂੰ ਗਿਣਨ ਲੱਗ ਜਾਓ ਉਹ ਵੀ ਨਹੀਂ ਮੁੱਕਦੇ, ਮੂਰਖਾਂ ਨੂੰ ਗਿਣਨ ਲੱਗ ਜਾਓ ਉਹ ਵੀ ਨਹੀਂ ਮੁੱਕਦੇ। ਬੰਦਾ ਜੋ ਦੇਖਦਾ ਉਹਦੇ ਬਾਰੇ ਫਿਰ ਸੋਚਦਾ, ਸੋਚ ਕੇ ਫਿਰ ਆਪਣਾ ਕਮੈਂਟ ਵੀ ਕਰਦਾ, ਆਪਦਾ ਵਿਚਾਰ ਵੀ ਦਿੰਦਾ, ਔਰ ਇਸੇ ਦੇ ਵਿੱਚ ਹੀ ਬੰਦੇ ਦੀ ਹਉਮੈ ਦੀ ਤ੍ਰਿਪਤੀ ਹੁੰਦੀ ਆ, ਉਹਨੂੰ ਲੱਗਦਾ ਵੀ ਮੈਂ ਕੋਈ ਯੋਗਦਾਨ ਪਾ ਦਿੱਤਾ। ਜਦੋਂ ਬੰਦਾ ਸ੍ਰਿਸ਼ਟੀ ਨੂੰ ਇੱਕ ਬ੍ਰਹਮ ਗਿਆਨੀ ਦੀ ਨਿਗਾਹ ਨਾਲ ਵੇਖਦਾ ਹੈ, ਉਹਦੇ 'ਚ ਉਹ ਭਾਵੇਂ ਅਸੰਖ ਜਪ ਅਸੰਖ ਭਾਉ ਨੂੰ ਵੇਖੇ ਅਤੇ ਭਾਵੇਂ ਅਸੰਖ ਮੂਰਖੰਧ ਘੋਰ ਨੂੰ ਵੇਖੇ, ਦੋਨਾਂ ਨੂੰ ਵੇਖਣ ਤੋਂ ਬਾਅਦ ਉਹਨੂੰ ਕੌਤਕ ਰੱਬ ਦੇ ਹੀ ਦਿਖਦੇ ਆ,
ਅਖੀਰ ਤੇ ਉਹਨੇ ਇਹੋ ਗੱਲ ਆਖਣੀ ਹੈ ਕਿ ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਵੀ ਤੂੰ ਸਦਾ ਸਲਾਮਤ ਹੈ, ਮੇਰੀ ਕੀ ਕੁਦਰਤ ਹੈ, ਮੇਰੀ ਕੀ ਤਾਕਤ ਹੈ ਵੀ ਇੱਥੇ ਮੈਂ ਕੋਈ ਆਪਦਾ ਵਿਚਾਰ ਦੇਵਾਂ, ਮੈਂ ਕੋਈ ਆਪਦਾ ਕਮੈਂਟ ਕਰਾਂ। ਮੇਰੇ 'ਚ ਇੰਨੀ ਤਾਕਤ ਨਹੀਂ ਹੈ ਕਿ ਮੈਂ ਰੱਬ ਦੀ ਕੁਦਰਤ ਦਾ ਕੋਈ ਭੇਤ ਦੱਸ ਸਕਾਂ। ਇਹ ਉਹਦੀ ਕੁਦਰਤ ਹੈ, ਉਹ ਜਾਣਦਾ ਹੈ। ਜਿਹੜੇ ਰੱਬ ਨੇ ਜੰਮਣਾ ਬਣਾਇਆ, ਉਸੇ ਨੇ ਮਰਨਾ ਬਣਾਤਾ। ਜਿਹਨੇ ਸਾਹ ਚੱਲਦੇ ਬਣਾਏ ਨੇ, ਉਹਨੇ ਸਾਹ ਰੁਕਦੇ ਵੀ ਬਣਾਏ ਹੋਏ ਨੇ। ਉਸ ਮਾਲਕ ਨੇ ਦਿਨ ਬਣਾਇਆ, ਰਾਤ ਵੀ ਉਹਨੇ ਹੀ ਬਣਾਈ ਹੈ। ਕੋਈ ਦੋ ਰੱਬ ਨਹੀਂ ਹਨ ਧਰਤੀ ਦੇ। ਜਿਹੜੇ ਪਰਮੇਸ਼ੁਰ ਨੇ ਸਤ ਸੰਤੋਖ ਦਇਆ ਧਰਮ ਧੀਰਜ ਬੰਦੇ 'ਚ ਪਾਏ ਨੇ, ਉਸੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਪਾਇਆ ਹੈ। ਇਹ ਟੀਮਾਂ ਦੋ ਨਾ ਹੋਣ ਤਾਂ ਖੇਡ ਦਾ ਸਵਾਦ ਨਹੀਂ ਆਉਂਦਾ। ਕਿਤੇ ਦੁਨੀਆ ਇਕੱਠੀ ਹੋ ਕੇ ਮੇਲੇ 'ਚ ਚੱਲ ਜਾਵੇ, ਵੀ ਟੂਰਨਾਮੈਂਟ ਵੇਖਣ ਜਾਣਾ, ਅਗਲੇ ਬੰਨੇ ਇੱਕ ਟੀਮ ਆ ਜਾਵੇ, ਦੂਜੀ ਆਵੇ ਹੀ ਨਾ, ਅਤੇ ਵੇਖਣ ਵਾਲਿਆਂ ਨੂੰ ਤਾਂ ਕੋਈ ਸਵਾਦ ਨਹੀਂ ਆਉਣਾ। ਉਹ ਕਾਹਦੀ ਖੇਡ ਹੈ ਜਿੱਥੇ ਟੀਮ ਹੀ ਇੱਕ ਹੋਵੇ। ਮਹਾਰਾਜ ਕਹਿੰਦੇ ਧਰਤੀ ਇੱਕ ਪੇੜ ਆ, ਇੱਕ ਅਖਾੜਾ ਆ, ਔਰ ਇਸ ਅਖਾੜੇ 'ਚ ਉਹਨੇ ਗੁਰਮੁਖ ਅਤੇ ਮਨਮੁਖ ਦੋ ਪਹਿਲਵਾਨ ਉਤਾਰੇ ਹੋਏ ਨੇ, ਔਰ ਇਹ ਯੁੱਧ ਆਦਿ ਜੁਗਾਦ ਤੋਂ ਚੱਲਦਾ ਆਉਂਦਾ। ਆਪੇ ਛਿੰਝ ਪਵਾਏ ਮੱਲਾ ਅਖਾੜਾ ਰਚਿਆ, ਲੱਥੇ ਪੜਥੂ ਪਾਏ ਗੁਰਮੁਖ ਮਚਿਆ, ਆਪ ਭਿੜੇ ਮਾਰੇ ਆਪ, ਆਪ ਕਾਰਜ ਰਚਿਆ, ਮਨਮੁਖ ਮਾਰੇ ਪਛਾੜ ਮੂਰਖ ਕੱਚਿਆ। ਗੁਰੂ ਨਾਨਕ ਸਾਹਿਬ ਕਹਿੰਦੇ ਤੇ ਅਖਾੜਾ, ਅਤੇ ਅਖਾੜੇ 'ਚ ਤਾਂ ਫਿਰ ਸਵਾਦ ਤਾਂ ਹੀ ਆਉਂਦਾ ਨਾ ਵੀ ਪਹਿਲਵਾਨ ਅੱਗੋਂ ਵੀ ਤਗੜੇ ਹੀ ਹੋਣ। ਇੱਕ ਬੰਨੇ ਤਗੜੇ ਤਗੜੇ ਪਹਿਲਵਾਨ ਹੋਣ, ਦੂਜੇ ਬੰਨੇ ਕਮਜ਼ੋਰ ਜੇ ਹੋਣ, ਤਾਂ ਵੀ ਸਵਾਦ ਨਹੀਂ ਆਊਗਾ ਮੈਚ ਖੇਡਣ ਦਾ, ਵੇਖਣ ਦਾ। ਗੁਰੂ ਸਾਹਿਬ ਕਹਿੰਦੇ ਧਰਤੀ ਇੱਕ ਛਿੰਝ ਹੈ, ਇੱਕ ਅਖਾੜਾ, ਜਿਹੜੇ ਅਗਲੇ ਬੰਨੇ ਖੜ੍ਹੇ ਨੇ ਉਹ ਵੀ ਬਹੁਤ ਤਗੜੇ ਨੇ। ਵਾਤ ਵੱਜਣ ਟਮਕ ਭੇਰੀਆਂ, ਮੱਲ ਲੱਥੇ ਲੈਂਦੇ ਫੇਰੀਆਂ, ਨੇਹਤੇ ਪੰਜ ਜਵਾਨ ਮੈਂ ਗੁਰਥਾ ਪੀ ਦਿੱਤੀ ਕੰਡ ਜੀ। ਇੱਕ ਯੁੱਧ ਆ, ਇੱਕ ਲੜਾਈ ਹੈ, ਇੱਕ ਜੰਗ ਹੈ। ਇਹ ਪਰਮੇਸ਼ੁਰ ਦੀ ਮਰਜ਼ੀ, ਉਹਦੀ ਖੇਡ ਹੈ ਕਿ ਉਹਨੇ ਸੰਸਾਰ ਨੂੰ ਇੱਦਾਂ ਹੀ ਸਿਰਜਿਆ। ਗੁਰਮੁਖ ਧਰਤੀ ਸਾਚੇ ਸਾਜੀ, ਤਿਸਮੈਂ ਓਪਤ ਖਪਤ ਸੋ ਬਾਜੀ। ਇਹ ਬਾਜੀ ਹੈ, ਖੇਡ ਹੈ, ਇਹ ਇੱਦਾਂ ਹੀ ਹੈ। ਹੁਣ ਬੰਦੇ ਲਈ ਦੋ ਰਸਤੇ ਬਚਦੇ ਨੇ, ਇੱਕ ਹਉਮੈ ਵਾਲਾ, ਇੱਕ ਨਾਮ ਵਾਲਾ। ਇੱਕ ਲਿਵ ਇੱਕ ਧਾਤ, ਲਿਵ ਧਾਤ ਦੋਏ ਰਾਹ ਹੈ। ਬੰਦੇ ਨੂੰ ਖੁੱਲ੍ਹੀ ਛੁੱਟੀ ਦਿੱਤੀ ਆ ਵੀ ਤੂੰ ਜਿਹੜੀ ਮਰਜ਼ੀ ਟੀਮ 'ਚ ਸ਼ਾਮਿਲ ਹੋ ਜਾ। ਆਹ ਦੋ ਟੀਮਾਂ ਆ, ਮੈਚ ਲੱਗਾ ਹੋਇਆ, ਤੇਰਾ ਜੀ ਜਿੱਧਰ ਜੀ ਕਰਦਾ ਚਲਾ ਜਾ। ਇੱਕ ਬੰਨੇ ਉਹ ਵਾਹਿਗੁਰੂ ਲਾਜ ਰੱਖਦਾ ਹੈ ਆਪਦੇ ਸੇਵਕਾਂ ਦੀ, ਹਰ ਯੁੱਗ ਯੁੱਗ ਭਗਤੋਂ ਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ। ਅਤੇ ਦੂਜੇ ਬੰਨੇ ਮੇਰਾ ਕਰਤਾ ਇਵੇਂ ਭਾਵਦਾ ਮਨਮੁਖ ਭਰਮਾਣੇ, ਵੀ ਉਹਨਾਂ ਨੂੰ ਭਰਮਾ ਕੇ ਰੱਖਣਾ। ਇੱਕ ਬੰਨੇ ਹੈਗਾ ਕਿ ਨਾਨਕ ਸੋ ਪ੍ਰਭ ਸਿਮਰੀਆ ਤਿਸ ਦੇਹੀ ਕੋ ਪਾਲ, ਸਰੀਰ ਦੀ ਪਾਲਣਾ ਕਰਨੀ ਹੈ, ਮਨ ਦੀ ਸੰਭਾਲ ਕਰਨੀ ਹੈ। ਦੂਜੇ ਬੰਨੇ ਹੈਗਾ ਕਿ ਤੇ ਖੱਪ ਟੁੱਟੇ ਵੇਕਾਰ, ਇਹ ਕਈ ਖੱਪ ਗਏ, ਕਈ ਟੁੱਟ ਗਏ, ਖਤਮ ਹੋ ਗਏ, ਤੂੰ ਵੀ ਖੱਪ ਟੁੱਟ ਜਾਏਗਾ, ਰੱਬ ਨੂੰ ਕੋਈ ਫਰਕ ਨਹੀਂ ਪੈਣਾ। ਕਿਤੇ ਖੱਪ ਟੁੱਟ ਹੈ ਵੇਕਾਰ। ਜਦੋਂ ਇੱਕ ਬ੍ਰਹਮ ਗਿਆਨੀ ਦੀ ਨਿਗਾਹ ਨਾਲ ਤੁਸੀਂ ਦੁਨੀਆ ਨੂੰ ਵੇਖੋਗੇ, ਤੁਹਾਨੂੰ ਚੰਗਿਆਈ ਅਤੇ ਬੁਰਾਈ ਦੋਨਾਂ ਦੇ ਪਿੱਛੇ ਅਕਾਲ ਪੁਰਖ ਵਾਹਿਗੁਰੂ, ਉਹਦਾ ਹੁਕਮ ਦਿਸੇਗਾ। ਜਦੋਂ ਉਹਦਾ ਹੁਕਮ ਦਿਸੇਗਾ, ਫਿਰ ਭਾਵੇਂ ਤੁਸੀਂ ਅਸੰਖ ਜਪ, ਅਸੰਖ ਭਾਓ, ਅਸੰਖ ਪੂਜਾ, ਅਸੰਖ ਤਪਤਾ ਉਹਦੇ ਦਰਸ਼ਨ ਕਰ ਲਓ, ਜਾਂ ਫਿਰ ਤੁਸੀਂ ਅਸੰਖ ਮੂਰਖੰਧ ਘੋਰ ਦੇ ਦਰਸ਼ਨ ਕਰ ਲਓ, ਦੋਵਾਂ ਹਾਲਤਾਂ ਦੇ ਵਿੱਚ ਤੁਸੀਂ ਅਖੀਰ 'ਤੇ ਇਹੋ ਗੱਲ ਕਹਿਣੀ ਹੈ, ਕੁਦਰਤ ਕਵਣ ਕਹਾਂ ਵਿਚਾਰ, ਵਾਰਿਆ ਨਾ ਜਾਵਾਂ ਏਕ ਵਾਰ, ਜੋ ਤੁਧ ਭਾਵੈ ਸਾਈ ਭਲੀ ਕਾਰ, ਤੂੰ ਸਦਾ ਸਲਾਮਤ ਨਿਰੰਕਾਰ। ਇਹੀ ਸੰਸਾਰ ਹੈ। ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਸ ਸ੍ਰਿਸ਼ਟੀ ਦੀ, ਉਸ ਅਕਾਲ ਪੁਰਖ ਦੀ ਜਿਹੜੀ ਵਿਆਪਕਤਾ ਹੈ, ਜਿੱਦਾਂ ਕਹਿ ਲਓ ਕਿ ਵਿਸਥਾਰ ਹੈ ਬਹੁਤ ਜ਼ਿਆਦਾ,
ਉਹਦਾ ਸਤਿਗੁਰਾਂ ਨੇ ਇੱਥੇ ਵਰਣਨ ਕੀਤਾ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਸਾਰੀ ਸ੍ਰਿਸ਼ਟੀ ਦੇ ਉੱਤੇ ਨਿਗਾਹ ਮਾਰ ਕੇ ਸਤਿਗੁਰੂ ਮਹਾਰਾਜ ਇੱਕ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਨਾਲ, ਇੱਕ ਸਾਧੂ ਦੀ ਦ੍ਰਿਸ਼ਟੀ ਨਾਲ, ਇੱਕ ਰੱਬ ਦੇ ਪਿਆਰੇ ਦੀ ਨਾਮ ਜਪਣ ਵਾਲੇ ਦੀ ਦ੍ਰਿਸ਼ਟੀ ਨਾਲ ਇਹ ਸੰਸਾਰ ਕਿਹੋ ਜਿਹਾ ਨਜ਼ਰ ਆਉਂਦਾ, ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਇਸ ਪ੍ਰਕਾਰ ਫਰਮਾਉਂਦੇ ਨੇ। ਆਓ ਸਰਵਣ ਕਰੀਏ ਧੰਨ ਗੁਰੂ ਅਰਜਨ ਸਾਹਿਬ ਜੀ ਦੇ ਬਚਨ, ਸੁਖਮਨੀ ਸਾਹਿਬ ਬਾਣੀ ਅਸ਼ਟਪਦੀ ਦਸਵੀਂ ਉਹਦੇ ਆਰੰਭ ਵਾਲਾ ਸਲੋਕ। ਧੰਨ ਗੁਰੂ ਅਰਜਨ ਦੇਵ ਮਹਾਰਾਜ ਇਸ ਪ੍ਰਕਾਰ ਕਿਰਪਾ ਕਰ ਰਹੇ ਹਨ। ਸਲੋਕ ਉਸਤਤ ਕਰਹਿ ਅਨੇਕ ਜਨ, ਅੰਤ ਨਾ ਪਾਰਾ ਵਾਰ। ਵੇਖੋ ਕਿਸੇ ਵੀ ਇਨਸਾਨ ਦੀ ਰੱਬ ਨਾਲ ਜੁੜੀ ਹੋਈ ਸੁਰਤ ਨੂੰ ਤੋੜਨ ਦੇ ਵਿੱਚ ਜੇ ਕੋਈ ਚੀਜ਼ ਰੁਕਾਵਟ ਹੈ, ਜਿਹਨੇ ਇਹਨੂੰ ਤੋੜਨਾ ਹੈ ਰੱਬ ਨਾਲ ਜੁੜੀ ਸੁਰਤ ਨੂੰ, ਉਹਨੂੰ ਹਉਮੈ ਕਹਿੰਦੇ ਹਾਂ। ਗੁਰੂ ਨਾਨਕ ਸਾਹਿਬ ਨੂੰ ਜੋਗੀਆਂ ਨੇ ਪੁੱਛਿਆ ਸੀ, ਬਾਬਾ ਦੁਨੀਆ ਕਿਵੇਂ ਪੈਦਾ ਹੁੰਦੀ ਆ? ਇਹ ਕੋਈ ਵਿਗਿਆਨ ਦਾ ਸਵਾਲ ਨਹੀਂ ਹੈ, ਇਹ ਮੈਡੀਕਲ ਸਾਇੰਸ ਦਾ ਸਵਾਲ ਨਹੀਂ ਹੈ ਕਿ ਅਸੀਂ ਜਵਾਬ ਦੇ ਦਈਏ ਕਿ ਮਾਂ ਕੀ ਰਕਤ, ਪਿਤਾ ਬਿੰਦ ਧਾਰਾ, ਮੂਰਤ ਸੂਰਤ ਕਰਿਆ ਪਾਰਾ, ਵੀ ਸੰਸਾਰ ਦੀ ਉਤਪਤੀ ਮਾਤਾ ਪਿਤਾ ਤੋਂ ਹੁੰਦੀ ਆ। ਅਸਲ ਵਿੱਚ ਜੋਗੀਆਂ ਦਾ ਸਵਾਲ ਥੋੜ੍ਹਾ ਜਿਹਾ ਡੂੰਘਾ ਸੀ ਔਰ ਅੰਦਰ ਦੇ ਬਾਰੇ ਸੀ, ਅਤੇ ਉਹਦੇ ਸਵਾਲ ਦਾ ਜਵਾਬ ਗੁਰੂ ਨਾਨਕ ਸਾਹਿਬ ਨੇ ਕੀ ਦਿੱਤਾ ਸੁਣੋ। ਉਹ ਕਹਿੰਦੇ ਨੇ ਕਿਤ ਕਿਤ ਵਿਧ ਜਗ ਉਪਜੈ ਪੁਰਖਾ, ਕਿਤ ਕਿਤ ਦੁੱਖ ਬਿਨ ਸਜਾਈ। ਕਿਹੜੀ ਵਿਧੀ ਨਾਲ ਜਗ ਪੈਦਾ ਹੁੰਦਾ, ਕਿਹੜੀ ਵਿਧੀ ਨਾਲ ਨਾਸ ਹੁੰਦਾ? ਤਾਂ ਬਾਬਾ ਜੀ ਨੇ ਕਿਹਾ ਹਉਮੈ ਵਿੱਚ ਜਗ ਉਪਜੈ ਪੁਰਖਾ, ਨਾਮ ਵਿਸਰਿਆ ਦੁੱਖ ਪਾਈ। ਹਉਮੈ ਵਿੱਚ ਸੰਸਾਰ ਦੀ ਉਤਪਤੀ ਹੈ ਸਾਡੀ, ਜਿਹੜਾ ਸੰਸਾਰ ਅਸੀਂ ਸਿਰਜੀ ਬੈਠੇ ਹਾਂ ਆਪਦੇ ਦਿਮਾਗ ਵਿੱਚ, ਉਹ ਜਿਹੜਾ ਜੱਗ ਮੈਲਾ ਮੈਲੋ ਹੋਏ ਜਾਏ, ਉਹ ਜਿਹੜਾ ਜੱਗ ਮੈਲਾ ਅਸੀਂ ਸਿਰਜੀ ਬੈਠੇ ਹਾਂ ਆਪਣੇ ਮਨ ਵਿੱਚ, ਉਹ ਹਉਮੈ 'ਚੋਂ ਪੈਦਾ ਹੋਇਆ। ਔਰ ਉਸ ਜੱਗ ਨੂੰ, ਉਸ ਹਉਮੈ ਦੀ ਪੈਦਾਇਸ਼ ਨੂੰ ਅਸੀਂ ਸਮਝ ਲਓ ਕਿ ਹਉਮੈ ਦੇ ਖਤਮ ਕਰਨ ਦੇ ਨਾਲ ਹੀ ਉਹ 'ਚੋਂ ਨਿਕਲ ਸਕਦੇ ਹਾਂ। ਜਿਹੜੀ ਹਉਮੈ ਹੈ ਉਹਨੂੰ ਟਿਕਣ ਲਈ ਆਧਾਰ ਚਾਹੀਦਾ। ਹਉਮੈ ਦਾ ਮਤਲਬ ਇਹ ਹੁੰਦਾ ਵੀ ਮੈਂ ਕੁਝ ਵੱਖਰਾਂ ਅਤੇ ਵਧੀਆ ਅਤੇ ਖਾਸ ਹਾਂ। ਜਦੋਂ ਬੰਦਾ ਮੈਂ ਇਹਨੂੰ ਵਹਿੰਦਾ, ਉਹਨੂੰ ਤੂੰ ਨਹੀਂ ਦਿਖਦਾ, ਰੱਬ ਨਹੀਂ ਦਿਖਦਾ, ਅਤੇ ਬੰਦਾ ਮੈਂ ਇਹਨੂੰ ਵਹਿੰਦਿਆਂ ਹੀ ਸਾਰੀ ਜ਼ਿੰਦਗੀ ਗੁਜ਼ਾਰ ਦਿੰਦਾ। ਉਹ ਜਿਹੜੀ ਆਪਦੀ ਮੈਂ ਹੈ ਉਹੀ ਉਹਦੀ ਦੁਸ਼ਮਣ ਹੁੰਦੀ ਆ। ਅਤੇ ਮੈਂ ਵਿੱਚ ਜੇ ਬੰਦਾ ਰੱਬ ਦੀ ਭਗਤੀ ਵੀ ਕਰਨ ਲੱਗ ਜੇ, ਅਤੇ ਉਹਨੂੰ ਐਂ ਲੱਗਦਾ ਵੀ ਭਗਤੀ ਵੀ ਮੈਂ ਹੀ ਕਰ ਰਿਹਾ, ਬਾਕੀ ਕੋਈ ਨਹੀਂ ਕਰਦਾ। ਰੱਬ ਦੀ ਭਗਤੀ ਵੀ ਮੈਂ ਹੀ ਕਰਦਾ ਵਾਂ, ਬਾਕੀ ਕੋਈ ਨਹੀਂ ਕਰਦਾ, ਇਹ ਵੀ ਉਸਨੂੰ ਵਹਿਮ ਹੋ ਜਾਂਦਾ। ਜਿਹੜਾ ਬੰਦਾ ਆਪਦੀ ਹਉਮੈ 'ਚ ਕਰਦਾ, ਸੱਚੇ ਪਾਤਸ਼ਾਹ ਦਾ ਤੁਸੀਂ ਬਚਨ ਸੁਣਿਆ ਹੋਊਗਾ, ਹੋਂ ਵਿੱਚ ਆਇਆ, ਹੋਂ ਵਿੱਚ ਗਿਆ, ਹੋਂ ਵਿੱਚ ਜੰਮਿਆ, ਹੋਂ ਵਿੱਚ ਮੂਆ, ਹੋਂ ਵਿੱਚ ਦਿੱਤਾ, ਹੋਂ ਵਿੱਚ ਲਿਆ, ਹੋਂ ਵਿੱਚ ਖੱਟਿਆ, ਹੋਂ ਵਿੱਚ ਗਿਆ, ਹੋਂ ਵਿੱਚ ਸਚਿਆਰ ਕੁੜਿਆਰ ਵੀ ਲਿਖ ਦਿੱਤਾ ਮਾਰਾ। ਚਲੋ ਕੁੜਿਆਰ ਬੰਦਾ ਤਾਂ ਹੋਂ 'ਚ ਹੋ ਗਿਆ, ਅਤੇ ਸਚਿਆਰ, ਸਚਿਆਰ ਸ਼ਬਦ ਤਾਂ ਆਪਾਂ ਬਹੁਤ ਪਵਿੱਤਰ ਮੰਨਦੇ ਹਾਂ, ਅਤੇ ਬਾਬਾ ਜੀ ਨੇ ਲਿਖਿਆ ਹੋਂ ਵਿੱਚ ਸਚਿਆਰ। ਹੁਣ ਸਚਿਆਰ ਹੀ ਕਾਹਦਾ ਜਿਹੜਾ ਹੋਂ 'ਚ ਆ? ਗੁਰੂ ਸਾਹਿਬ ਜੀ ਦੀ ਗੱਲ ਵਿੱਚ ਬੜੀ ਡੂੰਘੀ ਰਮਝ ਹੈ ਕਿ ਬੰਦਾ ਆਪੇ ਹੀ ਮੰਨ ਲੈਂਦਾ ਵੀ ਮੈਂ ਸਚਿਆਰ ਹਾਂ। ਸਚਿਆ ਅਸਲ 'ਚ ਸਚਿਆਰ ਅਤੇ ਕੁੜਿਆਰ ਦਾ ਇਹ ਸਮਝ ਲਓ ਇਹ ਕੋਰਟ ਦੇ ਸ਼ਬਦ ਨੇ, ਅਦਾਲਤ ਦੇ। ਅਦਾਲਤ 'ਚ ਜਿਹੜਾ ਬੰਦਾ ਬਰੀ ਹੋ ਗਿਆ, ਸਾਬਤ ਹੋ ਗਿਆ ਵੀ ਬੇਗੁਨਾਹ ਆ, ਉਹਨੂੰ ਕਹਿੰਦੇ ਸਚਿਆਰ ਹੋ ਗਿਆ, ਅਤੇ ਜਿਹੜਾ ਹਾਰ ਗਿਆ ਉਹਨੂੰ ਕਹਿੰਦੇ ਕੁੜਿਆਰ ਹੋ ਗਿਆ। ਜਿਸ ਬੰਦੇ 'ਤੇ ਸਮਝ ਲਓ ਕਿ ਜਿਹੜਾ ਹੋ ਰਹੀ ਹੈ ਸਵਾਲ ਜਵਾਬ ਹੋ ਰਹੇ ਨੇ, ਕੋਈ ਕੇਸ ਚੱਲ ਰਿਹਾ ਅਦਾਲਤ ਵਿੱਚ, ਅਤੇ ਜਿਹੜਾ ਉਹ ਬਰੀ ਹੋ ਜਾਂਦਾ ਉਹਨੂੰ ਕਹਿੰਦੇ ਸਚਿਆਰ ਹੋ ਗਿਆ, ਸਚਿਆਰਾ ਹੋ ਗਿਆ, ਅਤੇ ਜਿਹੜਾ ਫੜ ਦੋ ਸ਼ਾਇਦ ਹੋ ਗਏ ਜਿੱਥੇ ਉਹ ਕੁੜਿਆਰ ਹੋ ਗਿਆ। ਇਹ ਸ਼ਬਦ ਇੱਦਾਂ ਦੇ ਨੇ। ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਵਿੱਚ ਇਨਸਾਨ ਆਪਣੀ ਹਉਮੈ ਦੇ ਵਿੱਚ ਹੀ ਚੱਲ ਰਿਹਾ, ਅਤੇ ਆਪਦੀ ਹਉਮੈ 'ਚ ਆਪਣੇ ਆਪ ਬੰਦਾ ਆਪੇ ਹੀ ਬਰੀ ਕਰ ਲੈਂਦਾ ਵੀ ਮੈਂ ਸਚਿਆਰ ਹਾਂ, ਮੈਂ ਠੀਕ ਹਾਂ, ਅਤੇ ਆਪਣੇ ਆਪ ਹੀ ਕਿਸੇ ਨੂੰ ਕੁੜਿਆਰ ਵੀ ਕਹਿ ਦਿੰਦਾ।
ਬਾਬਾ ਜੀ ਕਹਿੰਦੇ ਇਹਦਾ ਸਚਿਆਰ ਹੋਣਾ ਵੀ ਹੋਮੈ 'ਚ ਹੀ ਆ, ਇਹਦਾ ਕੁੜਿਆਰ ਹੋਣਾ ਵੀ ਹੋਮੈ 'ਚ ਆ, ਇਹ ਦੋਵੇਂ ਕੰਮ ਹੋਮੈ 'ਚ ਹੀ ਕਰਦਾ। ਇਸੇ ਕਰਕੇ ਕਬੀਰ ਸਾਹਿਬ ਨੇ ਲਿਖ ਦਿੱਤਾ ਪਾਪ ਪੁੰਨ ਦੋ ਏਕ ਸਮਾਨ। ਮਕਸਦ ਬੰਦੇ ਦੀ ਹੋਮੈ ਆ, ਉਹਦਾ ਪਾਪ ਵੀ ਉਹੋ ਜਿਹਾ, ਉਹਦਾ ਪੁੰਨ ਵੀ ਉਹੋ ਜਿਹਾ। ਗੁਰੂ ਸਾਹਿਬ ਜੀ ਫਰਮਾਉਂਦੇ ਨੇ ਜਦੋਂ ਇਨਸਾਨ ਆਪਦੀ ਹੋਂ ਦੇ ਵਿੱਚ ਹੁੰਦਾ ਉਦੋਂ ਉਹਨੂੰ ਲੱਗਦਾ ਵੀ ਮੈਂ ਹੀ ਠੀਕ ਹਾਂ, ਬਾਕੀ ਸਭ ਕਮਲੇ ਨੇ, ਬਾਕੀ ਸਭ ਗਲਤ ਨੇ, ਸਾਰੀ ਦੁਨੀਆ ਜਿਹੜੀ ਹੈ ਉਹ ਖਤਮ ਹੋ ਗਈ ਹੈ, ਬਸ ਮੈਂ ਹੀ ਇਕੱਲਾ ਬਚਿਆ ਹੋਇਆ ਜਿਹੜਾ ਠੀਕ ਹੈ। ਸੱਚੇ ਪਾਤਸ਼ਾਹ ਜੀ ਕਹਿੰਦੇ ਹਨ ਇਹ ਬੰਦੇ ਦੀ ਹੋਮੈ ਵਾਲੀ ਦ੍ਰਿਸ਼ਟੀ ਹੈ। ਜਦੋਂ ਹੋਮੈ ਮੁੱਕਦੀ ਹੈ, ਬੰਦਾ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਨਾਲ ਵੇਂਹਦਾ ਨਾ, ਫਿਰ ਉਹਨੂੰ ਲੱਗਦਾ ਵੀ ਮੈਂ ਤਾਂ ਕੁਝ ਵੀ ਨਹੀਂ, ਪਰਮਾਤਮਾ ਦੀ ਬੰਦਗੀ ਕਰਨ ਵਾਲੇ ਤਾਂ ਪਰੇ ਤੋਂ ਪਰੇ ਪਏ ਨੇ, ਪਤਾ ਹੀ ਨਹੀਂ ਕਿੰਨੇ ਕੁ ਹਨ ਜਿਹੜੇ ਉਹਨੂੰ ਧਿਆਉਂਦੇ ਹਨ। ਫਿਰ ਉਹਨੂੰ ਦਿਖਣੇ ਸ਼ੁਰੂ ਹੁੰਦੇ ਆ, ਇੱਕ ਨਹੀਂ, ਦੋ ਨਹੀਂ, ਲੱਖਾਂ ਨਹੀਂ, ਕਰੋੜਾਂ ਨਹੀਂ, ਇਹਦੋਂ ਵੀ ਵੱਡੀ ਕੋਈ ਗਿਣਤੀ ਕੋਈ ਹੈ, ਇੰਨੇ ਉਹਨੂੰ ਧਿਆਉਂਦੇ ਹਨ। ਗੁਰੂ ਸਾਹਿਬ ਜੀ ਨੇ ਸਾਨੂੰ ਜਿਹੜਾ ਨਿਤਨੇਮ ਬਖਸ਼ਿਆ ਹੈ ਰਹਿ ਰਾਜ ਸਾਹਿਬ ਦੀ ਬਾਣੀ, ਸੋਦਰ ਵਾਲਾ ਸ਼ਬਦ, ਉਦੋਂ ਅਗਲੇ ਦੋਵੇਂ ਸ਼ਬਦ, ਫਿਰ ਗੁਜਰੀ ਰਾਗ ਵਾਲੇ ਦੋਵੇਂ ਸ਼ਬਦ, ਫਿਰ ਸੋ ਪੁਰਖ ਵਾਲਾ ਸ਼ਬਦ, ਤੂੰ ਕਰਤਾ ਸਚਿਆਰ ਮੈਂਡਾ ਸਾਈਂ, ਤਿੱਤ ਸਰਵਰੜੈ ਭੈਲੇ ਨਿਵਾਸਾ, ਭਈ ਪ੍ਰਾਪਤ ਮਾਨੁਖ ਦੇ ਹੁਰੀਆਂ। ਇਹ ਸਾਰੇ ਹੀ ਸ਼ਬਦ ਉਸ ਦ੍ਰਿਸ਼ਟੀ ਦੇ ਨਾਲ ਦੁਨੀਆ ਦਿਖਾ ਦਿੰਦੇ ਨੇ ਜਿਹੜੀ ਦ੍ਰਿਸ਼ਟੀ ਇੱਕ ਬ੍ਰਹਮ ਗਿਆਨੀ ਦੀ ਹੈ। ਇੱਕ ਸਾਨੂੰ ਲੱਗਦਾ ਵੀ ਕੁਛ ਵੀ ਨਹੀਂ, ਸਭ ਖਤਮ ਹੈ, ਇੱਕ ਸਾਨੂੰ ਲੱਗਦਾ ਵੀ ਨਹੀਂ, ਬੜੀ ਚੜ੍ਹਦੀ ਕਲਾ ਹੈ, ਬੜਾ ਆਨੰਦ ਹੈ। ਹੁਣ ਜਦੋਂ ਉਸ ਦ੍ਰਿਸ਼ਟੀ ਨਾਲ ਕੋਈ ਵੇਖੇਗਾ ਫਿਰ ਉਹਨੂੰ ਲੱਗੇਗਾ ਵੀ ਨਹੀਂ, ਸਾਰੀ ਸ੍ਰਿਸ਼ਟੀ ਉਹਨੂੰ ਗਾ ਰਹੀ ਆ, ਸੋ ਦਰ ਤੇਰਾ ਕਿਹਾ ਸੋ ਕਰ ਕਿਹਾ, ਜਿਤ ਵੈ ਸਰਬ ਸੰਭਾਲੇ, ਵਾਜੇ ਤੇਰੇ ਨਾਦ ਅਨੇਕ ਅਸੰਖਾਂ, ਕੇਤੇ ਤੇਰੇ ਵਾਵਣ ਹਾਰੇ, ਕੇਤੇ ਤੇਰੇ ਰਾਗ ਪਰੀ ਸਿਉ ਕਹੀਐ, ਕੇਤੇ ਤੇਰੇ ਗਾਵਣ ਹਾਰੇ, ਗਾਵਣ ਤੁਦਨੋ ਪਵਣ ਪਾਣੀ ਬੈਸੰਤਰ ਗਾਵੈ ਰਾਜਾ। ਤਾਂ ਸਾਰੀ ਸ੍ਰਿਸ਼ਟੀ ਉਹਨੂੰ ਗਾ ਰਹੀ ਆ। ਅੱਗੇ ਚੱਲ ਜਾਓ, ਅਗਲਾ ਸ਼ਬਦ ਆਉਂਦਾ ਇੱਕ, ਉੱਥੇ ਆਉਂਦਾ ਤੇਰੀ ਭਗਤ, ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ, ਤੇਰੇ ਭਗਤ, ਤੇਰੇ ਭਗਤ ਸਲਾਹਣ ਤੁਧ ਜੀ ਹਰ ਅਨੇਕ ਅਨੇਕ ਅਨੰਤਾ, ਤੇਰੀ ਅਨੇਕ, ਤੇਰੀ ਅਨੇਕ ਕਰੇ ਹਰ ਪੂਜਾ ਜੀ, ਤੇਰੇ ਅਨੇਕ, ਤੇਰੇ ਅਨੇਕ ਪੜ੍ਹੇ ਬਹੁ ਸਿਮਰਤ ਸ਼ਾਸਤ ਜੀ, ਕਰ ਕਿਰਿਆ ਖਟ ਕਰਮ ਕਰੰਤ। ਕਿੰਨਾ ਕੁਝ ਹੈ। ਗੁਰੂ ਸਾਹਿਬ ਜੀ ਕਹਿੰਦੇ ਬਹੁਤ ਹੈ, ਜਨ ਨਾਨਕ ਤਿੰਨ ਕੁਰਬਾਣਾ, ਮੈਂ ਉਹਨਾਂ ਤੋਂ ਕੁਰਬਾਨ ਜਾਨਾ ਜਿਹੜੇ ਤੈਨੂੰ ਧਿਆਉਂਦੇ ਹਨ। ਗੁਰੂ ਸਾਹਿਬ ਜੀ ਕਹਿੰਦੇ ਬੇਅੰਤ ਬੇਅੰਤ ਸ੍ਰਿਸ਼ਟੀ ਉਹਨੂੰ ਤਿਹਾਰ ਰਹੀ ਹੈ, ਇਹ ਧਰਤੀ, ਇਹ ਸੂਰਜ, ਇਹ ਚੰਦਰ, ਇਹ ਤਾਰੇ, ਇਹ ਨਦੀਆਂ, ਇਹ ਨਾਲੇ, ਇਹ ਪਹਾੜ, ਇਹ ਜੀ ਜੰਤ, ਇਹ ਸਾਰੇ ਹੀ ਉਹਨੂੰ ਜਪ ਰਹੇ ਨੇ। ਇੱਕ ਸੁਰ ਵਿੱਚ ਚੱਲਦੀ ਦੁਨੀਆ ਨਜ਼ਰ ਆ ਜਾਂਦੀ ਹੈ ਜਦੋਂ ਬੰਦਾ ਉਸ ਦ੍ਰਿਸ਼ਟੀ ਨਾਲ ਵੇਖਦਾ। ਸਤਿਗੁਰੂ ਨੇ ਉਸ ਦ੍ਰਿਸ਼ਟੀ ਦਾ ਦਰਸ਼ਨ ਕਰਾਇਆ, ਉਸ ਤਤ ਕਰੇ ਅਨੇਕ ਜਨ, ਅਣਗਿਣਤ ਹਨ ਉਹ ਜਨ, ਉਹ ਰੱਬ ਦੇ ਪਿਆਰੇ ਜਿਹੜੇ ਉਹਦੀ ਉਸਤਤ ਕਰਦੇ ਹਨ, ਉਹਦੀ ਸਿਫਤ ਸਾਨੂੰ ਸਾਰੇ ਬੰਨਿਓ ਨਜ਼ਰ ਆਉਂਦੀ, ਹਰ ਗੱਲ ਵਿੱਚ ਉਹਦੀ ਸਿਫਤ ਹੈ। ਸਾਧ ਸੰਗਤ ਜੀ, ਜਪਜੀ ਸਾਹਿਬ 'ਚ ਦਰਸ਼ਨ ਕਰੋ, ਇੱਕ ਪੰਕਤੀ ਆਉਂਦੀ ਹੈ, ਜੇਤਾ ਕੀਤਾ ਤੇਤਾ ਨਾਉ, ਵੀ ਜਿੰਨਾ ਕੁਝ ਰੱਬ ਨੇ ਪੈਦਾ ਕੀਤਾ ਉਹ ਸਾਰਾ ਹੀ ਉਹਦਾ ਨਾਮ ਆ। ਇੱਕ ਕੀੜੀ ਆਪਦੇ ਵਜਨ ਤੋਂ ਵੀ ਕਈ ਗੁਣਾ ਵੱਧ ਵਜਨ ਖਿੱਚੀ ਫਿਰਦੀ ਆ, ਆਪਦਾ ਵਜਨ ਉਹਦਾ ਘੱਟ ਹੁੰਦਾ, ਜਿਹੜਾ ਵਜਨ ਚੁੱਕ ਕੇ ਕੰਧ 'ਤੇ ਚੜ੍ਹ ਜਾਂਦੀ ਉਹ ਵਜਨ ਉਹਦੇ ਆਪਦੇ ਵਜਨ ਤੋਂ ਜ਼ਿਆਦਾ ਹੁੰਦਾ, ਪਰ ਦੇ ਸੋਚ ਕੇ ਦੇਖੋ ਲੈ ਜਾਂਦੀ ਖਿੱਚ ਕੇ। ਇਹਨਾਂ ਜੀਵ ਜੰਤਾਂ ਨੂੰ ਵੇਖੋ, ਮਹਾਰਾਜ ਕਹਿੰਦੇ ਬੜਾ ਵੱਡਾ ਵਿਸਮਾਦ ਪੈਦਾ ਹੋਏਗਾ, ਵਿਸਮਾਦ ਨਾਦ, ਵਿਸਮਾਦ ਵੇਦ, ਵਿਸਮਾਦ ਜੀ, ਵਿਸਮਾਦ ਭੇਦ, ਵਿਸਮਾਦ ਰੂਪ, ਵਿਸਮਾਦ ਰੰਗ, ਵਿਸਮਾਦ ਨਾਂਗੇ ਫਿਰੈ ਜੰਤ,
ਵਿਸਮਾਦ ਪੌਣ, ਵਿਸਮਾਦ ਪਾਣੀ, ਵਿਸਮਾਦ ਅਗਨੀ ਖੇਡੈ ਵਿਡਾਣੀ, ਵਿਸਮਾਦ ਧਰਤੀ, ਵਿਸਮਾਦ ਖਾਣੀ, ਵਿਸਮਾਦ ਸਾਧ ਲੱਗੇ ਪ੍ਰਾਣੀ। ਇਹ ਜੀਵ ਸਵਾਦਾਂ 'ਚ ਪਏ ਨੇ, ਇਹ ਵੀ ਕਿੰਨਾ ਵਿਸਮਾਦ ਹੈ। ਵਿਸਮਾਦ ਸੰਯੋਗ, ਵਿਸਮਾਦ ਵਿਯੋਗ, ਵਿਸਮਾਦ ਭੁੱਖ, ਵਿਸਮਾਦ ਭੋਗ। ਭੁੱਖ ਲੱਗਣੀ ਵੀ ਵਿਸਮਾਦ ਹੈ, ਭੁੱਖ ਨੂੰ ਮਿਟਾਉਣ ਵਾਲੇ ਇੰਨੇ ਪਦਾਰਥ, ਇਹ ਵੀ ਵਿਸਮਾਦ ਹੈ। ਉਹ ਪਦਾਰਥ ਅੰਦਰ ਜਾਂਦੇ ਨੇ, ਪਚ ਜਾਂਦੇ ਨੇ, ਉਹਨਾਂ ਦਾ ਖੂਨ ਬਣ ਜਾਂਦਾ, ਜੀਵਨ ਚੱਲਦਾ, ਉਹ ਚੱਲਦਾ ਚੱਲਦਾ ਜੀਵਨ ਕਿਤੇ ਜਾ ਕੇ ਰੁਕ ਵੀ ਜਾਂਦਾ। ਹਰ ਗੱਲ 'ਚ ਵਿਸਮਾਦ ਹੈ, ਜੰਮਣ 'ਚ, ਮਰਨ 'ਚ, ਉਜੜੇ ਪੈ ਗਏ ਸਿੱਧੇ ਚੱਲ ਪਏ, ਵਿਸਮਾਦ ਉਜੜ, ਵਿਸਮਾਦ ਰਾਹ। ਕਿਸੇ ਨੂੰ ਜ਼ਿੰਦਗੀ ਦਾ ਰਾਹ ਸਮਝ ਆ ਗਿਆ, ਕੋਈ ਐਵੇਂ ਟੱਕਰਾਂ ਮਾਰਦਾ ਰਹਿ ਗਿਆ, ਵਿਸਮਾਦ ਉਜੜ, ਉਜੜੇ ਪੈ ਗਏ, ਭਟਕ ਗਏ, ਵਿਸਮਾਦ ਰਾਹ। ਹਰ ਗੱਲ ਦੇ ਵਿੱਚ ਵਿਸਮਾਦ ਹੈ ਮਾਲਕ ਦੀ। ਕਿੰਨੀ ਬੇਅੰਤ ਸ੍ਰਿਸ਼ਟੀ ਆ, ਕਿੰਨੇ ਪ੍ਰਕਾਰ ਦੀ ਉਹਨੇ ਦੁਨੀਆ ਸਾਜੀ ਹੋਈ ਹੈ। ਗੁਰੂ ਮਹਾਰਾਜ ਨੇ ਆਖਿਆ, ਜਦੋਂ ਅਸੀਂ ਸਿਮਰੋਂ ਸਿਮਰ ਸਿਮਰ ਸੁਖ ਪਾਵੋਂ ਤੋਂ ਸ਼ੁਰੂ ਕਰਾਂਗੇ, ਜਹ ਮਾਤ ਪਿਤਾ ਸੁਤ ਮੀਤ ਨਾ ਭਾਈ ਸਮਝ ਆ ਜਾਏਗਾ, ਹਰ ਕੇ ਨਾਮ ਸੰਸਰ ਕਛ ਨਾਹੇ ਸਮਝ ਆ ਜਾਏਗਾ, ਰਮਈਆ ਕੇ ਗੁਣ ਚੇਤ ਪ੍ਰਾਣੀ ਸਮਝ ਆ ਜਾਏਗਾ, ਮਿਥਿਆ ਤਨ ਤਨ ਕੁਟੰਬ ਸਬਾਇਆ ਸਮਝ ਆ ਜਾਏਗਾ, ਫਿਰ ਅਕਾਲ ਪੁਰਖ ਵਾਹਿਗੁਰੂ ਦੀ ਕਿਰਪਾ ਕਰ ਪ੍ਰਸਾਦ ਗੁਰਦੇਵ, ਕਾਮ ਕ੍ਰੋਧਰ ਲੋਭ ਮੋਹ ਬਿਨ ਸਜਾਏ ਅਹਮ ਮੇਵੇ ਸਮਝ ਆ ਜਾਏਗਾ। ਜਦੋਂ ਸਾਧਕੈ ਸੰਗ ਮੁੱਖ ਉਜਲ ਹੋਤ 'ਤੇ ਪਹੁੰਚਾਂਗੇ, ਸਾਧ ਜਨਾ ਕੀ ਅਚਰਜ ਕਥਾ ਸਮਝ ਆਊਗੀ। ਜਦੋਂ ਨਾਨਕੇ ਲੱਛਣ ਬ੍ਰਹਮ ਗਿਆਨੀ ਹੋਏ, ਜਦੋਂ ਅਸੀਂ ਸੋ ਪੰਡਿਤ ਜੋ ਮਨ ਪ੍ਰਬੋਧ ਹੈ ਮਨ ਪ੍ਰਬੋਧਨ ਤੱਕ ਪਹੁੰਚ ਜਾਂਗੇ, ਜਦੋਂ ਅਸੀਂ ਪ੍ਰਭੂ ਦੀ ਪ੍ਰਸੰਨਤਾ ਹਾਸਲ ਕਰ ਲਾਂਗੇ, ਵੈਸ਼ਨੋ ਸੋ ਜੇ ਸੁਪਰ ਸੁਪ੍ਰਸੰਨ, ਉੱਥੇ ਪਹੁੰਚ ਕੇ ਉਸ ਅਵਸਥਾ 'ਚ ਪਹੁੰਚ ਕੇ, ਦੋ ਪੌੜੀਆਂ ਰਹਿ ਗਈਆਂ, ਕਿਤੇ ਦੂਰ ਕਥਾ ਦੀ ਸੇਵਾ ਲਈ ਜਾਣਾ ਪੈ ਗਿਆ, ਜੀਵਨ ਮੁਕਤ ਵਾਲੀ ਪੌੜੀ ਛੇਵੀਂ ਪੌੜੀ ਆਪ ਜੀ ਨੇ ਵਿਆਖਿਆ ਸਰਵਣ ਕੀਤੀ ਹੋਏਗੀ, ਇਸੇ ਅਸ਼ਟਪਦੀ ਨੌਵੀਂ ਦੀ ਛੇਵੀਂ ਪੌੜੀ ਸੀ ਉਹ। ਪ੍ਰਭ ਕੀ ਆਗਿਆ ਆਤਮ ਹਿਤਾਵੈ, ਜੀਵਨ ਮੁਕਤ ਸੋ ਕਹਾਵੈ। ਜਿਹਨੂੰ ਪ੍ਰਭੂ ਦੀ ਆਗਿਆ ਆਪਣੇ ਹਿੱਤ 'ਚ ਲੱਗਦੀ ਆ, ਵੀ ਜੋ ਮਹਾਰਾਜ ਦਾ ਹੁਕਮ ਆ ਉਹ ਮੇਰੇ ਹਿੱਤ 'ਚ ਆ, ਪ੍ਰਭ ਕੀ ਆਗਿਆ ਆਤਮ ਹਿਤਾਵੈ, ਅੰਦਰੋਂ ਉਹਦੇ ਨਾਲ ਹੇਤ ਹੈ, ਮੋਹ ਹੈ, ਪਿਆਰ ਹੈ, ਵੀ ਜੋ ਰੱਬ ਕਰਦਾ ਠੀਕ ਹੀ ਕਰਦਾ, ਜੀਵਨ ਮੁਕਤ ਸੋ ਕਹਾਵੈ। ਫਿਰ ਉਹਦੇ ਲਈ ਤੈਸਾ ਹਰਖ ਤੈਸਾ ਉਸ ਸੋਗ, ਉਹਨੂੰ ਖੁਸ਼ੀ ਗਮੀ ਬਰਾਬਰ ਹੋ ਜਾਂਦੀ ਹੈ। ਤੈਸਾ ਹਰਖ ਤੈਸਾ ਉਸ ਸੋਗ, ਸਦਾ ਆਨੰਦ ਤੇ ਨਹੀਂ ਵਿਯੋਗ, ਤੈਸਾ ਸਵਰਨ ਤੈਸੀ ਉਸ ਮਾਟੀ, ਤੈਸਾ ਅੰਮ੍ਰਿਤ ਤੈਸੀ ਬਿਖ ਖਾਟੀ, ਤੈਸਾ ਮਾਨ ਤੈਸਾ ਅਭਿਮਾਨ, ਤੈਸਾ ਰੰਕ ਤੈਸਾ ਰਾਜਾਨ, ਜੋ ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ। ਉਹ ਬੰਦਾ ਜਿਉਂਦੇ ਮੁਕਤ ਹੈ ਜਿਹਦੀ ਜ਼ਿੰਦਗੀ 'ਚ ਆਹ ਜੁਗਤੀ ਵਰਤ ਜੇ, ਇੰਨਾ ਜ਼ਿਆਦਾ ਸਮਦ੍ਰਿਸ਼ਟ ਹੋ ਜੇ। ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕਾ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਕ ਕੋ ਲਾਗੈ ਤੁਲ ਪਵਾਨ, ਉਹ ਪਵਾਨ ਪਵਨ ਹਵਾ ਸਭ ਨੂੰ ਬਰਾਬਰ ਲੱਗਦਾ। ਉਸ ਦ੍ਰਿਸ਼ਟੀ ਨਾਲ ਜਦੋਂ ਦੁਨੀਆ ਨੂੰ ਵੇਖਾਂਗੇ, ਫਿਰ ਸਾਨੂੰ ਇੱਕ ਚੜ੍ਹਦੀ ਕਲਾ ਦਾ ਝਲਕਾਰਾ ਮਿਲੇਗਾ, ਫਿਰ ਅਸੀਂ ਪ੍ਰਸੰਨਤਾ 'ਚ ਉਤਸ਼ਾਹ 'ਚ ਆਵਾਂਗੇ, ਅਸੀਂ ਕਹਾਂਗੇ ਕਿ ਵਾਹ ਕਿੰਨੇ ਹਨ ਜਿਹੜੇ ਰੱਬ ਨੂੰ ਧਿਆਉਂਦੇ ਨੇ, ਮੈਨੂੰ ਤਾਂ ਪਤਾ ਹੀ ਨਹੀਂ ਸੀ, ਮੈਨੂੰ ਤਾਂ ਲੱਗਦਾ ਸੀ ਵੀ ਸਾਰੀ ਦੁਨੀਆ ਦਾ ਬੇੜਾ ਗਰਕ ਹੋ ਗਿਆ। ਦੇਖਦਾ ਹੈ, ਇੱਕ ਗੱਲ ਭਾਈ ਗੁਰਦਾਸ ਜੀ ਦੀਆਂ ਵਾਰਾਂ 'ਚੋਂ ਮਿਲਦੀ ਆ, ਕਹਿੰਦੇ ਵੀ ਕੌਰਵਾਂ ਪਾਂਡਵਾਂ ਦਾ ਗੁਰੂ ਦਰੋਣਾਚਾਰੀ ਆ, ਅਤੇ ਉਹਨੇ ਦੋ ਜਣਿਆਂ ਨੂੰ ਘੱਲਿਆ ਵੀ ਜਾਓ, ਯੁਧਿਸ਼ਠਰ ਨੂੰ ਘੱਲਿਆ ਵੀ ਜਾ ਕੋਈ ਮਾੜਾ ਬੰਦਾ ਲੱਭ ਕੇ ਆ, ਅਤੇ ਦੁਰਯੋਧਨ ਨੂੰ ਘੱਲਿਆ ਵੀ ਜਾ ਦੁਨੀਆ 'ਚੋਂ ਕੋਈ ਚੰਗਾ ਬੰਦਾ ਲੱਭ ਕੇ ਲਿਆ, ਉਹ ਦੋਨੇ ਖਾਲੀ ਮੁੜ ਆਏ। ਯੁਧਿਸ਼ਠਰ ਕਹਿੰਦਾ ਵੀ ਮੈਨੂੰ ਕੋਈ ਵਧੀਆ ਬੰਦਾ, ਚੰਗਾ ਮਾੜਾ ਬੰਦਾ ਨਹੀਂ ਲੱਭਾ,
ਤੇ ਦੁਰਯੋਧਨ ਕਹਿੰਦਾ ਵੀ ਮੈਨੂੰ ਸਾਰੀ ਦੁਨੀਆ 'ਚ ਕੋਈ ਚੰਗਾ ਬੰਦਾ ਨਹੀਂ ਲੱਭਾ। ਆਪ ਭਲਾ ਸਭ ਜਗ ਭਲਾ, ਭਲਾ ਭਲਾ ਸਭ ਨਾ ਕਰ ਪੇਖੈ, ਆਪ ਬੁਰਾ ਸਭ ਜਗ ਬੁਰਾ, ਸਭ ਕੋ ਬੁਰਾ ਬੁਰੇ ਦੇ ਲੇਖੇ। ਭਲਾ ਨਾ ਕੋਈ ਦੁਰਯੋਧਨ ਕਹਿੰਦੇ ਨੇ, ਬੁਰਾ ਨਾ ਕੋਈ ਯੁਧਿਸ਼ਠਿਰ ਹੈ, ਦੁਰਯੋਧਨ ਕੋਈ ਭਲਾ ਨਾ ਦੇਖੈ। ਹੁਣ ਯੁਧਿਸ਼ਠਿਰ ਨੂੰ ਕੋਈ ਬੁਰਾ ਨਹੀਂ ਦਿਸਿਆ ਅਤੇ ਦੁਰਯੋਧਨ ਨੂੰ ਕੋਈ ਭਲਾ ਨਹੀਂ ਦਿਸਿਆ। ਆਪਣੀ ਜੈਸੀ ਦ੍ਰਿਸ਼ਟੀ ਵੈਸੀ ਸ੍ਰਿਸ਼ਟੀ, ਇਹਦਾ ਮਤਲਬ ਕੀ ਹੈ? ਅਸੀਂ ਕਹਾਂਗੇ ਇੱਕੋ ਹਮਜ਼ਾ ਗੌਂਸ ਵਾਲੀ ਸਾਖੀ ਨੂੰ ਚੇਤੇ ਕਰੋ, ਸਿਆਲਕੋਟ ਦਾ ਰਹਿਣ ਵਾਲਾ ਪੀਰ ਹਮਜ਼ਾ ਗੌਂਸ। ਪੁਰਾਣਾ ਜ਼ਮਾਨਾ ਸੀ, ਪੁਰਾਣੇ ਰਿਵਾਜ਼ ਸੀ, ਬੱਚੇ ਨਹੀਂ ਸੀ ਬਚਦੇ ਕਿਸੇ ਦੇ। ਉਹਨਾਂ ਨੇ ਸੁੱਖ ਲਿਆ ਵੀ ਬੱਚਾ ਬਚ ਜੇ ਤਾਂ ਤੇਰੇ ਚੜ੍ਹਾ ਦਾਂਗੇ। ਜਦੋਂ ਬੱਚਾ ਬਚ ਗਿਆ, ਵੱਡਾ ਹੋਇਆ, ਉਦੋਂ ਇੱਕ ਰਸਮ ਹੁੰਦੀ ਸੀ ਵੀ ਉਹਦੀ ਬੋਲੀ ਲੱਗ ਜਾਂਦੀ ਸੀ, ਮੁੱਲ ਪੈ ਜਾਂਦਾ ਸੀ। ਜਿੰਨਾ ਬੱਚੇ ਦਾ ਮੁੱਲ ਪੈ ਗਿਆ ਗੁਲਾਮ ਵਜੋਂ, ਉਹਨਾਂ ਮੁੱਲ ਉਹ ਪੀਰ ਨੂੰ ਦੇ ਦਿੰਦੇ ਸੀ ਭੇਟਾ, ਅਤੇ ਬੱਚਾ ਆਪਦੇ ਘਰ ਰੱਖ ਲੈਂਦੇ ਸੀ। ਪਰ ਇਹ ਮਰਜ਼ੀ ਪੀਰ ਦੀ ਹੁੰਦੀ ਕਿ ਬੱਚਾ ਰੱਖਣਾ ਕਿ ਪੈਸੇ ਰੱਖਣੇ। ਬੱਚਾ ਸੋਹਣਾ ਸੀ, ਪੀਰ ਦਾ ਮਨ ਮੋਹ 'ਚ ਆ ਗਿਆ। ਹਮਜ਼ਾ ਗੌਂਸ ਪੀਰ ਕਹਿੰਦਾ ਵੀ ਮੈਂ ਪੈਸੇ ਨਹੀਂ ਲੈਂਦਾ, ਮੈਂ ਤਾਂ ਬੱਚਾ ਹੀ ਰੱਖਣਾ। ਹੁਣ ਜਿਨ੍ਹਾਂ ਦਾ ਬੱਚਾ ਉਹ ਦੇਣ ਨਾ, ਕਹਿੰਦੇ ਨੇ ਵੀ ਉਹ ਚਲੇ ਗਏ ਦੇਣ ਨਾ, ਮੁੱਕਰ ਗਏ ਵੀ ਅਸੀਂ ਤਾਂ ਪੈਸੇ ਦੇ ਸਕਦੇ ਹਾਂ, ਅਸੀਂ ਬੱਚਾ ਨਹੀਂ ਦੇਣਾ, ਇਹੀ ਤਾਂ ਸੁੱਖ ਕੇ ਲਿਆ। ਉਹ ਪੀਰ ਮੋਹ 'ਚ ਫਸਿਆ ਹੋਇਆ ਸੀ, ਪੀਰ ਕ੍ਰੋਧ 'ਚ ਸੀ, ਪੀਰ ਹੰਕਾਰ 'ਚ ਸੀ। ਉਹ ਚਲੀਆ ਕੱਟਣ ਬਹਿ ਗਿਆ, ਕਹਿੰਦਾ ਵੀ ਸਾਰਾ ਸ਼ਹਿਰ ਝੂਠਿਆਂ ਦਾ, ਮੈਂ ਚਲੀਆ ਕੱਟਾਂਗਾ, ਸ਼ਹਿਰ ਬਰਬਾਦ ਕਰ ਦਿਆਂਗਾ। ਗੁਰੂ ਨਾਨਕ ਸਾਹਿਬ ਜੀ ਉੱਥੇ ਪਹੁੰਚ ਜਾਂਦੇ ਨੇ, ਮਹਾਰਾਜ ਨੇ ਪੀਰ ਨੂੰ ਸ਼ਾਂਤ ਕੀਤਾ, ਉਹਦੇ ਢੋਲ ਵਜਾਉਣ ਵਾਲੇ ਨੂੰ ਚੁੱਪ ਕਰਾਇਆ, ਉਹਦੀ ਢੋਲ ਵਾਲੀ ਜਿਹੜੀ ਖੁਰਾਕ ਹੈ, ਕਹਿੰਦੇ ਭੁੱਖਾ ਬੈਠਾ, ਇੰਨੇ ਦਿਨਾਂ ਦਾ ਉਹਨੇ ਖਾਧਾ ਕੁਝ ਨਹੀਂ। ਸੱਚੇ ਪਾਤਸ਼ਾਹ ਮਹਾਰਾਜ ਨੇ ਉਹਦਾ ਮਾਣ ਤੋੜਿਆ, ਉਹਨੂੰ ਸਮਝਾਇਆ ਵੀ ਰੱਬ ਦੇ ਬੰਦਿਆਂ ਦਾ ਇਹ ਕੰਮ ਨਹੀਂ ਹੁੰਦਾ। ਉਹ ਕਹਿੰਦਾ ਸਾਰਾ ਸ਼ਹਿਰ ਝੂਠਿਆਂ ਦਾ। ਮਹਾਰਾਜ ਕਹਿੰਦੇ ਨਹੀਂ, ਤੇਰੇ ਸ਼ਹਿਰ 'ਚ ਵੀ ਕੋਈ ਰੱਬ ਦਾ ਨਾਂ ਲੈਣ ਵਾਲਾ ਬੰਦਾ ਹੋ ਸਕਦਾ। ਉੱਥੇ ਕਹਿੰਦੇ ਨੇ ਗੁਰੂ ਸਾਹਿਬ ਨੇ ਭੇਜਿਆ ਭਾਈ ਮਰਦਾਨਾ ਜੀ ਨੂੰ ਕਿ ਜਾ ਇੱਕ ਪੈਸੇ ਦਾ ਸੱਚ ਅਤੇ ਇੱਕ ਪੈਸੇ ਦਾ ਝੂਠ ਲੈ ਕੇ ਆ। ਤਾਂ ਇੱਕ ਪਿਆਰਾ ਮਿਲ ਗਿਆ ਜਿਹਨੇ ਲਿਖ ਕੇ ਦੇ ਦਿੱਤਾ ਵੀ ਮਰਨਾ ਸੱਚ ਹੈ ਅਤੇ ਜੀਣਾ ਝੂਠ ਹੈ। ਸਿਰਫ ਸਮਝਣ ਵਾਲੀ ਗੱਲ ਇਹ ਹੈ ਕਿ ਜਦੋਂ ਬੰਦਾ ਆਪ ਆਪਦੀ ਹਉਮੈ 'ਚ ਹੈ, ਹੰਕਾਰ 'ਚ ਹੈ, ਕ੍ਰੋਧ 'ਚ ਹੈ, ਅਤੇ ਉਹਨੂੰ ਲੱਗਦਾ ਵੀ ਬਸ ਮੈਂ ਹੀ ਠੀਕ ਹਾਂ, ਬਾਕੀ ਸਾਰੀ ਦੁਨੀਆ ਤਾਂ ਖਤਮ ਹੋ ਗਈ ਆ, ਇਸੇ ਵਹਿਮ 'ਚ ਬੰਦਾ ਜਿਉਂਦਾ ਰਹਿੰਦਾ ਅਤੇ ਆਪਦੇ ਚਿੰਤਾ ਦੇ ਹੋਰ ਸਾਰੇ ਕੁਛ ਨੂੰ ਵਧਾਉਂਦਾ ਰਹਿੰਦਾ। ਪਰ ਜਦੋਂ ਇਨਸਾਨ ਗੁਰੂ ਦੀ ਸਿੱਖਿਆ ਨੂੰ, ਨਾਮ ਜਪਣ ਦੇ ਇਸ ਉਪਦੇਸ਼ ਨੂੰ ਪੱਲੇ ਬੰਨ੍ਹ ਲੈਂਦਾ ਅਤੇ ਸੱਚਮੁੱਚ ਆ ਜਿੰਨੀਆਂ ਅੱਠ ਅਸ਼ਟਪਦੀਆਂ ਆਪਾਂ ਪੜ੍ਹੀਆਂ ਨੇ, ਨੌ ਪੜ੍ਹੀਆਂ ਨੇ, ਇਹਨਾਂ ਦੇ ਹਿਸਾਬ ਨਾਲ ਤੁਸੀਂ ਸੋਚ ਕੇ ਵੇਖੋ ਵੀ ਹੁਣ ਜਿਹੜੀ ਨਿਗਾਹ ਬਣੀ ਹੈ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ, ਉਹ ਜਿਹੜੀ ਅੰਮ੍ਰਿਤ ਵਰਸਣ ਵਾਲੀ ਨਿਗਾਹ ਆ ਨਾ, ਉਸ ਨਿਗਾਹ ਨਾਲ ਜਦੋਂ ਦੁਨੀਆ ਨੂੰ ਵੇਖਾਂਗੇ ਤਾਂ ਉਦੋਂ ਹਰ ਗੱਲ 'ਚੋਂ ਵਾਹਿਗੁਰੂ ਦੀ ਉਸਤਤ ਨਜ਼ਰ ਆਏਗੀ। ਪਹਿਲਾਂ ਮੈਨੂੰ ਲੱਗਦਾ ਵੀ ਇੱਥੇ ਤਾਂ ਕੁਝ ਨਹੀਂ, ਰੱਬ ਦੇ ਪਿਆਰੇ, ਪਰਮਾਤਮਾ ਦੇ ਪਿਆਰੇ, ਉਹ ਸ੍ਰਿਸ਼ਟੀ ਦੇ ਵਿੱਚ ਜੋ ਮਰਜ਼ੀ, ਜਿੰਨਾ ਮਰਜ਼ੀ ਵੱਡੇ ਤੋਂ ਵੱਡਾ ਕਸ਼ਟ ਵੀ ਆ ਜਾਏ, ਉਹ ਤਾਂ ਵੀ ਕਦੀ ਨਿਰਾਸ਼ ਨਹੀਂ ਹੁੰਦੇ। ਰੱਬ ਦੇ ਪਿਆਰੇ ਕਦੀ ਸੁਸਾਈਡ ਨਹੀਂ ਕਰਦੇ, ਆਤਮ ਹੱਤਿਆ ਨਹੀਂ ਕਰਦੇ, ਤੁਸੀਂ ਵੇਖਿਆ ਹੋਊਗਾ। ਹਉਮੈ ਦਾ ਕਾਰਨ ਹੈ, ਹਉਮੈ ਦੀ ਜੀਵ ਜੰਤੂ ਪਸ਼ੂ ਪੰਛੀ ਜਿਹੜੇ ਹਨ ਉਹ ਵੀ ਆਤਮ ਹੱਤਿਆ ਨਹੀਂ ਕਰਦੇ, ਬੰਦਾ ਕਰਦਾ। ਕਾਰਨ ਕਿ ਬੰਦੇ 'ਚ ਹਉਮੈ ਹੁੰਦੀ ਆ, ਹਉਮੈ ਰੋਗ ਮਨੁੱਖ ਕੋ ਦੀਨਾ, ਉਹਦੀ ਹਉਮੈ ਦੇ ਸਟੈਂਡਰਡ ਦੀ ਜਦੋਂ ਜ਼ਿੰਦਗੀ ਨਹੀਂ ਦਿਖਦੀ ਤਾਂ ਬੰਦਾ ਕੋਈ ਮਾੜਾ ਸਟੈਪ ਚੁੱਕਦਾ।
ਗੁਰੂ ਸਾਹਿਬ ਨੇ ਕਿਹਾ ਹੈ ਕਿ ਸਾਨੂੰ ਸਾਰਾ ਸੰਸਾਰ ਦੁੱਖਾਂ ਦਾ ਘਰ ਲੱਗਦਾ। ਮਹਾਤਮਾ ਬੁੱਧ ਨੇ ਜਦੋਂ 12 ਸਾਲ ਤਪੱਸਿਆ ਕੀਤੀ, ਫਿਰ ਉਹਨੇ ਦੁਨੀਆ ਨੂੰ ਜਿਹੜਾ ਧਰਮ ਦਿੱਤਾ, ਬੁੱਧ ਧਰਮ ਦਿੱਤਾ, ਬੁੱਧ ਧਰਮ ਦੇ ਉਹਨੇ 4 ਆਰੀਏ ਸੱਤ, 4 ਅਟਲ ਸੱਚਾਈਆਂ ਦੱਸੀਆਂ ਨੇ। ਉਹਦੇ 'ਚੋਂ ਪਹਿਲੀ ਸੱਚਾਈ ਉਹਦੀ ਇਹ ਆ ਕਿ ਸੰਸਾਰ ਦੁੱਖਾਂ ਦਾ ਘਰ ਹੈ। ਦੂਜੀ ਇਹ ਕਿ ਦੁੱਖਾਂ ਦਾ ਕਾਰਨ ਤ੍ਰਿਸ਼ਨਾ ਹੈ। ਤੀਜੀ ਕਿ ਇਹਦਾ ਹੱਲ ਹੈ, ਅਤੇ ਚੌਥੀ ਉਹਦਾ ਹੱਲ ਕੀ ਹੈ, ਮੱਧਮ ਮਾਰਗ, ਅਸ਼ਟ ਮਾਰਗ, ਉਹਨੇ ਜੋ ਤਰੀਕਾ ਦੱਸਿਆ। ਗੁਰੂ ਸਾਹਿਬ ਜੀ ਦੇ ਕੋਲ ਜਿਹੜੇ ਭਗਤ ਆਏ ਸੀ 4, ਜਿਨ੍ਹਾਂ ਦੀ ਬਾਣੀ ਦਰਜ ਕਰਨ ਤੋਂ ਮਹਾਰਾਜ ਨੇ ਨਾਂਹ ਕੀਤੀ ਸੀ, ਉਹਨਾਂ 4 ਦੇ ਵਿੱਚ ਵੀ ਇੱਕ ਹੈਗਾ ਸੀ, ਉਹ 3 ਨੰਬਰ ਵਾਲਾ ਸੀ, ਉਹਦਾ ਨਾਂ ਸੀ ਪੀਲੋ। ਪੀਲੋ ਕਹਿੰਦਾ ਸੀ ਕਿ ਅਸਾਂ ਨਾਲੋਂ ਸੇ ਭਲੇ ਜੰਮਦਿਆਂ ਮਰ ਗਏ, ਚਿੱਕੜ ਪੈਰ ਨਾ ਬੋੜਿਆ ਨਾ ਅਲੂਦ ਪਏ। ਅਲੂਦ ਹੁੰਦਾ ਲਿਬੜਿਆ ਤਿਬੜਿਆ। ਕਹਿੰਦੇ ਸਾਡੇ ਨਾਲੋਂ ਉਹ ਚੰਗੇ ਜੋ ਦੁਨੀਆਂ 'ਤੇ ਆਏ ਨਹੀਂ, ਜੰਮੇ ਨਹੀਂ, ਇਸ ਚਿੱਕੜ 'ਚ ਪੈਰ ਨਹੀਂ ਪਾਇਆ, ਅਤੇ ਉਹ ਲਿਬੜੇ ਨਹੀਂ। ਮਹਾਰਾਜ ਨੇ ਕਿਹਾ, ਭਾਈ ਤੂੰ ਦੁਨੀਆਂ ਤੋਂ ਨਿਰਾਸ਼ ਹੈ, ਸਾਨੂੰ ਤਾਂ ਸਾਡੇ ਗੁਰੂ ਬਾਬੇ ਨਾਨਕ ਨੇ ਇਹ ਦੱਸਿਆ ਵੀ ਇਹ ਜੱਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਤੂੰ ਕਹਿੰਦਾ ਵੀ ਚਿੱਕੜ ਪੈਰ ਨਾ ਬੋੜਿਆ ਨਾ ਆਲੂਦ ਪਏ, ਜਿਹੜੇ ਜੰਮੇ ਨਹੀਂ ਉਹ ਚੰਗੇ ਆ। ਭਾਈ ਐਡੀ ਨਿਰਾਸ਼ਾ 'ਚ ਨਹੀਂ ਜਾਣਾ। ਸੱਚੇ ਪਾਤਸ਼ਾਹ ਨੇ ਦੁਨੀਆਂ ਨੂੰ ਨਿਰਾਸ਼ਾਵਾਦੀ ਨਹੀਂ ਹੋਣ ਦਿੱਤਾ। ਨਿਰਾਸ਼ਾਵਾਦੀ ਬੰਦਾ ਕਹਿੰਦਾ ਕਿ ਸਾਰਾ ਕੁਝ ਖਤਮ ਹੈ, ਆਸ਼ਾਵਾਦੀ ਕਹਿੰਦਾ ਨਹੀਂ, ਰੱਬ ਦੀ ਉਸਤਤ ਕਰਨ ਵਾਲੇ ਬਹੁਤ ਨੇ, ਬੇਅੰਤ ਨੇ। ਗੁਰੂ ਨਾਨਕ ਸਾਹਿਬ ਨੂੰ ਪੁੱਛਿਆ ਗਿਆ, ਤੁਸੀਂ ਉਹ ਕੱਪੜੇ ਹੋਰ ਪਾਏ ਸੀ, ਹੁਣ ਤੁਸੀਂ ਹੋਰ ਪਾਏ। ਬਾਬਾ ਜੀ ਤੁਸੀਂ ਪਹਿਲਾਂ ਸਾਧੂਆਂ ਵਾਲੇ ਕੱਪੜੇ ਕਿਉਂ ਪਾਏ ਸੀ, ਹੁਣ ਤੁਸੀਂ ਗ੍ਰਿਸਤੀਆਂ ਵਾਲੇ ਕਿਉਂ ਪਾਏ ਹਨ? ਤਾਂ ਬਾਬਾ ਜੀ ਨੇ ਜਵਾਬ ਦਿੱਤਾ ਸੀ, ਗੁਰਮੁਖ ਖੋਜਤ ਭਏ ਉਦਾਸੀ, ਦਰਸ਼ਨ ਕਹਿ ਤਾਂ ਹੀ ਭੇਖ ਨਿਵਾਸੀ। ਮੈਂ ਗੁਰਮੁਖ ਬੰਦੇ ਲੱਭਣ ਤੁਰਿਆ ਸੀ, ਮੈਨੂੰ ਪਤਾ ਇਸ ਦੁਨੀਆਂ ਵਿੱਚ ਗੁਰਮੁਖ ਬੰਦੇ ਹੈਗੇ ਆ। ਉਹ ਕਿਸੇ ਭੇਖ ਵਿੱਚ ਹੋਣਗੇ, ਕਿਸੇ ਧਰਮ 'ਚ ਹੋਣਗੇ, ਕਿਸੇ ਜਾਤ 'ਚ ਹੋਣਗੇ, ਕਿਸੇ ਉਮਰ 'ਚ ਹੋਣਗੇ, ਕਿਸੇ ਦੁਨਿਆਵੀ ਸਟੇਟਸ 'ਚ ਹੋਣਗੇ, ਪਰ ਹੋਣਗੇ। ਰੱਬ ਦੇ ਪਿਆਰੇ, ਰੱਬ ਦੇ ਪਿਆਰੇ ਗੁਰਮੁਖ ਜਨ ਧਰਮੀ ਬੰਦੇ ਇਸ ਦੁਨੀਆਂ 'ਤੇ ਹੈਗੇ ਨੇ, ਗੁਰਮੁਖ ਬੰਦੇ ਹੈਗੇ। ਬਹੁਤ ਸ੍ਰਿਸ਼ਟੀ ਉਹਨੂੰ ਗਾ ਰਹੀ ਹੈ, ਤੇਰੇ ਗਾਉਣ ਵਾਲਿਆਂ ਦਾ ਕੋਈ ਅੰਤ ਨਹੀਂ। ਮਹਾਰਾਜ ਨੇ ਕਿਹਾ, ਅਕਾਲ ਪੁਰਖ ਵਾਹਿਗੁਰੂ ਦੀ ਉਸਤਤ ਕਰਦੇ ਹਨ, ਬਹੁਤ ਕਰ ਰਹੇ ਨੇ। ਕੌਣ ਕਰ ਰਹੇ ਨੇ? ਉਸਤਤ ਕਰੇ ਅਨੇਕ ਜਨ, ਵਾਹਿਗੁਰੂ ਦੀ ਸਿਫਤ ਕਰਨ ਵਾਲੇ ਅਣਗਿਣਤ ਹਨ, ਅਣਗਿਣਤ ਹਨ। ਇਹ ਗੱਲ ਵੱਖਰੀ ਹੈ, ਕਿਸੇ ਨੂੰ ਕਰਨੀ ਆਉਂਦੀ ਹੈ, ਕਿਸੇ ਨੂੰ ਕਰਨੀ ਨਹੀਂ ਆਉਂਦੀ। ਕੋਈ ਬੰਦਾ ਆਪਣੇ ਵੱਲੋਂ ਰੱਬ ਦੀ ਸਿਫਤ ਕਰਦਾ ਅਤੇ ਕਰੀ ਨਿੰਦਿਆ ਜਾਂਦਾ, ਪਰ ਕਰਦਾ ਰਿਹਾ ਹੈ ਤਾਂ ਤੁਰਿਆ ਅਤੇ ਰੱਬ ਦੇ ਮਗਰ ਹੀ ਆ ਨਾ, ਭਾਵੇਂ ਨਹੀਂ ਉਹਨੂੰ ਸਮਝ ਆਈ। ਬਾਬਾ ਜੀ ਨੇ ਲਿਖਿਆ ਹੈ, ਦੇਵਤਿਆਂ ਦਰਸ਼ਨ ਕਹਿ ਤਾਂ ਹੀ ਦੁੱਖ ਭੁੱਖ ਤੀਰਥ ਕੀਏ। ਜਿਹਨੂੰ ਜੋ ਪਤਾ ਉਹਨੇ ਵਿਚਾਰੇ ਨੇ ਉਹੀ ਕਰਨਾ। ਦੇਵਤਿਆਂ ਦਰਸ਼ਨ ਕਹਿ ਤਾਂ ਹੀ ਦੁੱਖ ਭੁੱਖ ਤੀਰਥ ਕੀਏ, ਜੋਗੀ ਜਤੀ ਜੁਗਤ ਮੈਂ ਰਹਿਤੇ, ਕਰ ਕਰ ਭਗਵੇਂ ਭੇਖ ਪਏ। ਤਉ ਕਾਰਣ ਸਹਿਬਾ ਰੰਗ ਰਤੇ, ਤੇਰੇ ਨਾਮ ਅਨੇਕਾਂ ਰੂਪ ਅਨੰਤਾ, ਕਹਿਣ ਨਾ ਜਾਈ ਤੇਰੇ ਗੁਣ ਕੇ ਤੇ ਰਹਾਉ। ਦਰ ਕਰ ਮਹਿਲਾ ਹਸਤੀ ਘੋੜੇ, ਛੋੜ ਵਿਲਾਇਤ ਦੇਸ਼ ਗਏ, ਪੀਰ ਪਿਕਾਮਰ ਸਾਲਕ ਸਾਧਕ ਛੋੜੀ ਦੁਨੀਆ ਥਾਏ ਪਏ। ਸਾਧ ਸਹਿਜ ਸੁਖ ਰਸ ਕਸ ਤਜੀਅਲੇ, ਆਪਣੇ ਸਾਰੇ ਸਵਾਦ ਸੁਖ ਛੱਡੀ ਬੈਠੇ ਆ ਵਿਚਾਰੇ, ਕਿੰਨੇ ਕਿੰਨੇ ਭੁੱਖੇ ਬੈਠੇ ਨੇ, ਤਪ ਝੱਲੀ ਜਾਂਦੇ ਆ। ਸਾਧ ਸਹਿਜ ਸੁਖ ਰਸ ਕਸ ਤਜੀਅਲੇ, ਕਾਪੜ ਛੋੜੇ ਚਮੜ ਲੀਏ, ਦੁਖੀਏ ਦਰਦ ਵੰਦ ਦਰ ਤੇਰੇ ਨਾਮ ਰਤੇ ਦਰਵੇਸ਼ ਪਏ। ਖਲੜੀ ਖਪਰੀ ਲੱਕੜੀ ਚਮੜੀ, ਕਿਸੇ ਨੇ ਖਲੜੀ
ਚਮੜਾ ਥੱਲੇ ਵਛਾਇਆ, ਕਿਸੇ ਨੇ ਚਮੜੇ ਦੀ ਪੋਟਲੀ ਚੱਕੀ ਹੋਈ ਆ, ਵਿੱਚ ਭੰਗ ਪਾਈ ਹੋਈ ਆ, ਕਿਸੇ ਨੇ ਖੱਪਰ ਫੜਿਆ, ਕਿਸੇ ਨੇ ਡੰਡਾ ਫੜਿਆ, ਖਲੜੀ ਖੱਪਰੀ ਲੱਕੜੀ ਚਮੜੀ ਸਿਖਾ ਸੂਤ ਧੋਤੀ ਕੀਨੀ, ਕਿਸੇ ਨੇ ਜਨੇਊ ਪਾਇਆ, ਕਿਸੇ ਨੇ ਬੋਦੀ ਰੱਖੀ ਆ, ਕਿਸੇ ਨੇ ਧੋਤੀ ਬੰਨ੍ਹੀ ਆ, ਕਿਸੇ ਨੇ ਤਿਲਕ ਲਾਇਆ। ਖਲੜੀ ਖੱਪਰੀ ਲੱਕੜੀ ਚਮੜੀ ਸਿਖਾ ਸੂਤ ਧੋਤੀ ਕੀਨੀ, ਤੂੰ ਸਾਹਿਬ ਹੋ ਸਾਂਗੀ ਤੇਰਾ ਪ੍ਰਣਵੈ ਨਾਨਕ ਜਾਤ ਕੈਸੀ, ਤਹੋ ਕਾਰਨ ਸਾਹਿਬਾ ਰੰਗ ਰਤੇ ਤੇਰੇ ਕਾਰਨ, ਅੰਤ ਕਾਰਨ ਕੀਤੇ ਵਿਲ ਲਾਹੇ, ਪਤਾ ਨਹੀਂ ਕਿੰਨੇ ਵਿਲਕਦੇ ਨੇ ਵੀ ਰੱਬ ਮਿਲ ਜੇ, ਅੰਤ ਕਾਰਨ ਕੀਤੇ ਵਿਲ ਲਾਹੇ ਤਾਂ ਕਿ ਅੰਤ ਨਾ ਪਾਏ ਜਾ। ਗੁਰੂ ਸਾਹਿਬ ਜੀ ਦੀ ਦ੍ਰਿਸ਼ਟੀ ਇੰਨੀ ਵਿਸ਼ਾਲ ਹੈ, ਇੰਨੀ ਵਿਸ਼ਾਲ ਹੈ। ਗੁਰੂ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਜਿਹੜਾ ਬੰਦਾ ਰੱਬ ਨੂੰ ਰੋਜ਼ ਗਾਲਾਂ ਕੱਢਦਾ ਨਾ, ਰੋਜ਼ ਨਿੰਦਦਾ ਹੈ, ਅਸਲ ਵਿੱਚ ਉਹ ਵੀ ਰੱਬ ਦੀ ਸਿਫਤ ਕਰ ਰਿਹਾ। ਤੁਸੀਂ ਪੁੱਛੋਗੇ ਵੀ ਉਹ ਕਿਵੇਂ ਕਰ ਰਿਹਾ? ਇੱਕ ਮੂਰਖ ਬੰਦਾ ਮੂਰਖਤਾ ਕਰ ਰਿਹਾ, ਉਹਦੀ ਮੂਰਖਤਾ 'ਚ ਵੀ ਉਹਦੀ ਰੱਬ ਦੀ ਵਡਿਆਈ ਪ੍ਰਗਟ ਹੁੰਦੀ ਹੈ। ਕਾਰਨ ਕਿ ਬੰਦਾ ਆਪਦੇ ਜ਼ੋਰ ਨਾਲ ਮੂਰਖ ਤਾਂ ਨਹੀਂ ਹੈ ਨਾ, ਮੂਰਖ ਬੰਦਾ ਕੋਈ ਡਿਗਰੀ ਲੈ ਕੇ ਮੂਰਖ ਤਾਂ ਨਹੀਂ ਨਾ ਹੋਇਆ, ਉਹਨੂੰ ਕਿਹਨੇ ਬਣਾਇਆ, ਉਹਨੂੰ ਉਹੋ ਜਿਹੀ ਮੱਤ ਦਿੱਤੀ ਕਿਹਨੇ? ਸਾਧ ਸੰਗਤ ਜੀ, ਜਪਜੀ ਸਾਹਿਬ ਦੀਆਂ ਦੋ ਪੌੜੀਆਂ ਪੂਰੇ ਧਿਆਨ ਨਾਲ ਕਿਤੇ ਪੜ੍ਹ ਕੇ ਵੇਖਣਾ। ਇੱਕ ਤਾਂ ਪੌੜੀ ਹੈ 17ਵੀਂ ਪੌੜੀ ਹੈ, ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗਮੰਦ ਰਹੇ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰਮੁਹ ਪੱਖ ਸਾਰ। ਦੂਜੇ ਬੰਨੇ ਅਸੰਖ ਮੂਰਖ ਅੰਧਕੋਰ ਅਸੰਖ ਚੋਰ ਹਰਾਮਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲਵਡ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੁੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਪੱਖ ਖਾਹੇ। ਅਕਾਲ ਪੁਰਖ ਦੇ ਹੁਕਮ ਦੇ ਵਿੱਚ ਦੋਵੇਂ ਪਾਸੇ ਉਹਦੀ ਸ੍ਰਿਸ਼ਟੀ ਹੈ, ਦੋਹੂੰ ਪਾਖ ਕਾ ਆਪੇ ਧਨੀ ਉਨਕੀ ਸੋਭਾ ਉਨਹੂੰ ਬਣੀ। ਇਹ ਦੋਵੇਂ ਪੱਖ ਦੋਵਾਂ ਟੀਮਾਂ ਦਾ ਮਾਲਕ ਪਿੱਛੇ ਇੱਕੋ ਹੀ ਆ। ਰੱਬ ਦੋ ਨਹੀਂ ਹੁੰਦੇ ਸਾਧ ਸੰਗਤ ਜੀ, ਭਾਵੇਂ ਦੁਨੀਆ ਦੋ ਤਰ੍ਹਾਂ ਦੀ ਦਿਖਦੀ ਆ ਪਰ ਰੱਬ ਦੋ ਨਹੀਂ ਹਨ। ਆਪਾਂ ਕਿਤੇ ਭੱਠੇ 'ਤੇ ਇੱਟਾਂ ਲੈਣੀ ਚੱਲ ਜਾਈਏ ਨਾ, ਅਤੇ ਉਹ ਵੀ ਇੱਟ ਨਾਲ ਇੱਟ ਵਜਾ ਕੇ ਭੰਨ ਕੇ ਦਿਖਾਉਂਦੇ ਨੇ ਵੀ ਆਹ ਦੇਖੋ ਕਿੰਨੀ ਕੁ ਪੱਕੀ ਆ, ਮਜ਼ਬੂਤ ਆ, ਅਤੇ ਉਹ ਦਿਖਾਉਂਦਿਆਂ ਦਿਖਾਉਂਦਿਆਂ ਹੀ ਕਈ ਵਾਰ ਇੱਕ ਦੋ ਤੋੜ ਵੀ ਦਿੰਦੇ ਹੋਣਗੇ। ਬਸ ਐਂ ਸਮਝ ਲਓ ਵੀ ਰੱਬ ਦੀ ਹੁਕਮ 'ਚ ਸ੍ਰਿਸ਼ਟੀ 'ਚ ਕਿਤੇ ਖੱਪ ਟੁੱਟੇ ਵੇਕਾਰ। ਇਹ ਬਹੁਤ ਸਾਰੀਆਂ ਇੱਟਾਂ ਟੁੱਟ ਰਹੀਆਂ ਨੇ, ਜਿਹਨੂੰ ਤੁਸੀਂ ਬੜੀ ਮਜ਼ਬੂਤ ਸਮਝੀ ਬੈਠੇ ਜੀ ਉਹ ਵੀ ਟੁੱਟਦੀ ਵੇਖ ਸਕਦੇ ਹੋ, ਕੋਈ ਪਤਾ ਨਹੀਂ। ਜਿਹੜੀ ਲੱਗੇ ਕਿ ਬੜੀ ਮਜ਼ਬੂਤ ਆ ਅਤੇ ਉਹ ਥੋੜ੍ਹੇ ਜਿਹੇ ਜ਼ੋਰ ਲਾਉਣ ਵਾਲੀ ਟੁੱਟ ਜੇ। ਕਿਤੇ ਖੱਪ ਟੁੱਟੇ ਵੇਕਾਰ, ਪਤਾ ਨਹੀਂ ਕਿੰਨੇ ਖੱਪ ਗਏ ਟੁੱਟ ਗਏ ਖਤਮ ਹੋ ਗਏ। ਬਚਦਾ ਕੌਣ ਹੈ ਜਿਹਨੂੰ ਵਾਹਿਗੁਰੂ ਬਚਾਉਂਦਾ ਹੈ? ਅਕਾਲ ਪੁਰਖ ਵਾਹਿਗੁਰੂ ਦੀ ਸ੍ਰਿਸ਼ਟੀ 'ਚ ਉਹਦਾ ਵਰਤਦਾ ਹੁਕਮ, ਉਹਦਾ ਦਰਸ਼ਨ ਮਹਾਰਾਜ ਨੇ ਅੱਜ ਦੀ ਇਸ ਅਸ਼ਟਪਦੀ 'ਚ ਕਰਾਇਆ ਹੈ। ਇਹ 8 ਪੌੜੀਆਂ ਨੇ। ਪਹਿਲੀ ਪੌੜੀ 'ਚ ਦੱਸਿਆ ਵੀ ਪੂਜਾ ਪਾਠ ਦੇ ਰਸਤੇ 'ਤੇ ਜਿਹੜੇ ਤੁਰੇ ਹੋਏ ਲੋਕ ਹਨ ਉਹ ਕਿੰਨੇ ਹਨ। ਔਰ ਤੁਸੀਂ ਵੇਖੋਗੇ ਸ੍ਰਿਸ਼ਟੀ ਦੀ ਹਰ ਚੀਜ਼, ਜੇ ਬੇਜਾਨ ਹੋਵੇ ਚਾਹੇ ਜਾਨਦਾਰ ਹੋਵੇ, ਹਰ ਜਾਨਦਾਰ ਚੀਜ਼ ਹਰ ਬੇਜਾਨ ਚੀਜ਼ ਉਸ ਪਰਮਾਤਮਾ ਦੀ ਸਿਫਤ ਕਰ ਰਹੀ ਹੈ। ਆਪਾਂ ਕੀੜੀ ਦੀ ਉਦਾਹਰਣ ਲਈ ਹੈ, ਕੀੜੀ ਆਪਣੇ ਵਜਨ ਤੋਂ ਕਈ ਗੁਣਾ ਵੱਧ ਵਜਨ ਚੁੱਕ ਲੈਂਦੀ, ਇਹ ਉਹਦੀ ਬਰਕਤ ਹੈ, ਉਹਦੀ ਕਿਰਪਾ ਹੈ। ਹਰ ਚੀਜ਼ ਹੁਣ ਤਾਂ ਵਿਗਿਆਨ ਨੇ ਇੰਨੀ ਖੋਜ ਕਰ ਦਿੱਤੀ ਹੈ, ਇੱਕ ਪੈਨਸਲ ਜਾਂ ਪੈੱਨ ਦੇ ਨਾਲ ਤੁਸੀਂ ਨਿੱਘੀ ਜਿਹੀ ਬਿੰਦੀ ਡੋਟ ਲਾ ਦਿਓ ਕਾਗਜ਼ 'ਤੇ, ਉਸ ਕਾਗਜ਼ 'ਤੇ ਡੋਟ ਵਾਲੀ ਜਗ੍ਹਾ 'ਤੇ ਉਹ ਬਿੰਦੀ ਵਾਲੀ ਜਗ੍ਹਾ 'ਤੇ ਵੀ ਕਮਜ਼ੋਰ, ਉਨੇ ਥਾਂ 'ਚ ਵੀ ਲੱਖਾਂ ਕਰੋੜਾਂ ਪਰਮਾਣੂ ਹੁੰਦੇ ਆ, ਐਟਮ ਹੁੰਦੇ ਨੇ। ਇੱਕ ਇੱਕ ਪਰਮਾਣੂ ਦੇ ਅੰਦਰ ਫਿਰ ਗਾਂ ਇਲੈਕਟ੍ਰੋਨ ਪ੍ਰੋਟੋਨ ਪ੍ਰੋਟੋਨ ਵਿਚਾਲੇ ਹੁੰਦੇ ਨੇ, ਨਿਊਟ੍ਰੋਨ ਵਿਚਾਲੇ ਹੁੰਦੇ ਨੇ, ਇਲੈਕਟ੍ਰੋਨ ਆਲੇ ਦੁਆਲੇ ਗੇੜੇ ਕੱਢੀ ਜਾਂਦੇ ਨੇ ਜਿੱਦਾਂ ਧਰਤੀ ਸੂਰਜ ਦੁਆਲੇ ਘੁੰਮ ਰਹੀ ਆ। ਇੰਨੀ ਬਰੀਕੀ 'ਚ ਜਾ ਕੇ ਦੁਨੀਆ ਖੋਜ ਕਰ ਚੁੱਕੀ ਹੈ। ਔਰ ਤੁਸੀਂ ਜੋ ਮਰਜ਼ੀ ਦੇਖੋ, ਜਿਹਨੂੰ
ਜਿਹਨੂੰ ਮਰਜ਼ੀ ਪੜ੍ਹੋ ਵਿਚਾਰੋ, ਇਸ ਸਾਰੀ ਸਿਰਜਣਾ ਨੂੰ ਉਹਨੂੰ ਤੁਸੀਂ ਇੱਕ ਸਿਸਟਮ 'ਚ ਚੱਲਦੀ ਹੋਈ ਦੇਖੋਗੇ, ਇੱਕ ਸਿਸਟਮ 'ਚ ਚੱਲਦੀ ਹੈ। ਅਤੇ ਮਹਾਰਾਜ ਕਹਿੰਦੇ ਹਨ ਦੁਨੀਆ ਦਾ ਕਣ ਕਣ ਉਸ ਰੱਬ ਦੀ ਉਸਤਤ ਕਰ ਰਿਹਾ, ਸਾਨੂੰ ਨਜ਼ਰ ਆਵੇ ਚਾਹੇ ਨਾ ਆਵੇ। ਇੱਕ ਮੂਰਖ ਦੀ ਮੂਰਖਤਾ 'ਚੋਂ ਵੀ ਪਰਮਾਤਮਾ ਦਾ ਹੀ ਬਲ ਪ੍ਰਗਟ ਹੁੰਦਾ, ਇੱਕ ਭੈੜੇ ਬੰਦੇ ਦੀ ਬੁਰਾਈ ਦੇ ਵਿੱਚੋਂ ਵੀ ਪਰਮਾਤਮਾ ਦੀ ਹੀ ਬੇਅੰਤਤਾਈ ਦਾ ਦਰਸ਼ਨ ਹੁੰਦਾ। ਮਹਾਰਾਜ ਨੇ ਲਿਖਿਆ ਹੈ ਕਿ ਆਛਿਜ ਦੇਸੈ ਕਿ ਆ ਪਿਜ ਪੇਸੈ ਕਿ ਆ ਗੰਜ ਕਰਮੈ ਕਿ ਆ ਪੰਜ ਪਰਮੈ ਕਿ ਆ ਪਿਜ ਲੋਕੈ ਕਿ ਆ ਦਿੱਤ ਸੋਕੈ ਕਿ ਅਵਧੂਤ ਵਰਨੈ ਕਿ ਬੇਭੂਤ ਕਰਨੈ। ਕਰੂਰ ਕਰਮੇ ਵੀ ਵਿੱਚ ਹੀ ਆਉਂਦਾ। ਪਰਮਾਤਮਾ ਨੇ ਸ੍ਰਿਸ਼ਟੀ ਦੀ ਜਿਵੇਂ ਸਿਰਜਣਾ ਕੀਤੀ ਹੈ, ਇਹ ਸਾਰੀ ਉਹਦੇ ਹੁਕਮ 'ਚ ਹੈ। ਹੁਕਮ ਹੈ ਅੰਦਰ ਸਭ ਕੋ, ਬਾਹਰ ਹੁਕਮ ਨਾ ਕੋਈ। ਜਦੋਂ ਇਸ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਨਾਲ ਦੁਨੀਆ ਨੂੰ ਵੇਖਾਂਗੇ ਤਾਂ ਜਿਹੜੀ ਪਹਿਲੀ ਚੀਜ਼ ਦਾ ਦਰਸ਼ਨ ਹੋਊਗਾ ਉਹਨੂੰ ਕਹਿੰਦੇ ਨੇ ਉਸਤਤ, ਵਾਹਿਗੁਰੂ ਦੀ ਸਿਫਤ ਇਹੀ ਦਿਸੇਗੀ ਸਾਰੇ ਪਾਸਿਓਂ। ਮਹਾਰਾਜ ਕਹਿੰਦੇ ਹਨ ਉਸਤਤ ਕਰੈ ਅਨੇਕ ਜਨ ਅੰਤ ਨਾ ਪਾਰਾਵਾਰ। ਅਕਾਲ ਪੁਰਖ ਵਾਹਿਗੁਰੂ ਦੀ ਇਸ ਕੁਦਰਤ ਵਿੱਚ, ਇਸ ਕਾਇਨਾਤ ਵਿੱਚ ਜਾਨਦਾਰ ਅਤੇ ਬੇਜਾਨ ਚੀਜ਼ਾਂ ਕੁੱਲ ਤੱਤ, ਇੱਕ ਕਣ ਕਣ, ਇੱਕ ਐਟਮ ਪਰਮਾਣੂ ਤੱਕ ਚਲੇ ਜਾਓ, ਹਰ ਕੋਈ ਉਹਦੀ ਉਸਤਤ ਕਰ ਰਿਹਾ ਹੈ। ਉਸਤਤ ਕਰੈ ਅਨੇਕ ਜਨ, ਉਹਦੇ ਪਿਆਰੇ ਉਹਦੀ ਉਸਤਤ ਕਰਦੇ ਨੇ ਅੰਤ ਨਾ ਪਾਰਾਵਾਰ। ਮਾਲਕ ਦੀ ਸਿਫਤ ਗਾਉਣ ਵਾਲਿਆਂ ਦੀ, ਉਸਤਤ ਕਰਨ ਵਾਲਿਆਂ ਦੀ ਕੋਈ ਗਿਣਤੀ ਨਹੀਂ ਹੈ, ਕੋਈ ਅੰਤ ਪਾਰਾਵਾਰ ਨਹੀਂ ਹੈ। ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨੇਕ ਪ੍ਰਕਾਰ। ਹੇ ਨਾਨਕ, ਉਸ ਅਕਾਲ ਪੁਰਖ ਨੇ ਰਚਨਾ ਰਚੀ ਹੈ, ਬਹੁ ਵਿਧੀਆਂ ਨਾਲ ਰਚੀ ਹੈ, ਬੇਅੰਤ ਪ੍ਰਕਾਰਾਂ ਨਾਲ ਰਚੀ ਹੈ। ਕਹਿ ਨਹੀਂ ਸਕਦੇ, ਸੁਣ ਨਹੀਂ ਸਕਦੇ, ਜਿੱਦਣ ਸਮਝ ਆ ਗਿਆ ਉਦਣ ਵੀ ਦੱਸਣ ਜੋਗੇ ਨਹੀਂ ਹੋਵਾਂਗੇ। ਜੇ ਹਾਂ ਜਾਣਾ ਆਖਾਂ ਨਾਹੀਂ, ਜੇ ਸਮਝ ਵੀ ਲਵਾਂਗੇ ਤਾਂ ਵੀ ਆਖ ਨਹੀਂ ਸਕਾਂਗੇ। ਜੇ ਹਉ ਜਾਣਾ ਆਖਾਂ ਨਾਹੀਂ, ਕਹਿਣਾ ਕਥਨ ਨਾ ਜਾਈ, ਉਹਦੇ ਬਾਰੇ ਬੋਲ ਕੇ ਨਹੀਂ ਦੱਸਿਆ ਜਾ ਸਕਦਾ। ਮਾਲਕ ਦੀ ਸ੍ਰਿਸ਼ਟੀ ਬੜੀ ਬੇਅੰਤ ਹੈ, ਬੜੀ ਬੇਅੰਤ ਹੈ। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਹ ਸਾਰੇ ਸੰਸਾਰ ਨੂੰ ਰਚਿਆ। ਨਾਨਕ ਰਚਨਾ ਪ੍ਰਭ ਰਚੀ। ਮਹਾਰਾਜ ਨੇ ਕਿਹਾ ਰਚਨਾ ਸੰਪੂਰਨ ਹੈ, ਰਚਨਾ ਸੱਚ ਬਣੀ, ਸਭ ਕਾ ਏਕ ਧਨੀ। ਕੋਈ ਕੁਝ ਕਰਦਾ, ਕੋਈ ਕੁਝ ਕਰਦਾ, ਕਾਹੂ ਵਿਹਾਵੈ ਰੰਗ ਰਸ ਰੂਪ, ਕਾਹੂ ਵਿਹਾਵੈ ਮਾਏ ਬਾਪ ਪੂਤ, ਕਾਹੂ ਵਿਹਾਵੈ ਖੇਲਤ ਜੂਆ, ਕਾਹੂ ਵਿਹਾਵੈ ਅਮਲੀ ਹੂਆ, ਕਾਹੂ ਵਿਹਾਵੈ ਜੀਆਂ ਇਹ ਹਿਰਤੇ, ਕਾਹੂ ਵਿਹਾਵੈ ਨਟ ਨਾਟਕ ਨਿਰਤੇ, ਕਾਹੂ ਵਿਹਾਵੈ ਬਾਲ ਪੜਾਵਤ। ਸਾਰੀ ਦੁਨੀਆ ਆਪੋ ਆਪਣੇ ਹਿਸਾਬ ਨਾਲ ਚੱਲਦੀ ਹੈ। ਸੰਤ ਰਚੇ ਕੇਵਲ ਨਾਮ ਮੁਰਾਰੀ, ਰੱਬ ਦੇ ਬੰਦੇ ਰੱਬ ਦੀ ਬੰਦਗੀ 'ਚ ਜੁੜੇ ਹੋਏ ਨੇ। ਹੁਣ ਚੰਗੇ ਵੀ ਹੈਗੇ ਨੇ, ਮਾੜੇ ਵੀ ਹੈਗੇ ਨੇ, ਪਰ ਮਹਾਰਾਜ ਕਹਿੰਦੇ ਰਚਨਾ ਸੱਚ ਬਣੀ। ਜੇ ਰੱਬ ਸੱਚਾ ਹੈ, ਆਪ ਸੱਤ, ਕੀ ਆ ਸਭ ਸੱਤ, ਇੱਕ ਖੇਡ ਹੈ। ਅਸੀਂ ਇੱਥੋਂ ਤੋਂ ਚੱਲ ਕੇ ਉੱਥੋਂ ਤੱਕ ਪਹੁੰਚਣਾ। ਭਈ ਪ੍ਰਾਪਤ ਮਾਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਏ ਤੇਰੀ ਵਰੀਆ। ਕਿਸੇ ਬੰਦੇ ਨੂੰ ਆਪਾਂ ਮੰਨ ਲਓ, ਆਪਣੀ ਉਮਰ ਨੂੰ ਵੇਖੋ, ਮੈਂ ਵੇਖਾਂ ਕਿ ਮੇਰੀ ਉਮਰ ਕਿੰਨੀ ਹੈ। ਅਸੀਂ ਆਪਣੀ ਉਮਰ ਦੇਖੀਏ ਕਿ ਮੇਰੀ ਉਮਰ ਹੈ 50 ਸਾਲ ਹੈ ਅਤੇ ਦੂਜੇ ਦੀ 45 ਹੈ। ਆਪਾਂ 45 ਵਾਲੇ ਨੂੰ ਕਹਿ ਸਕਦੇ ਹਾਂ ਵੀ ਤੇਰੀ 45 ਕਿਉਂ ਹੈ, ਤੇਰੀ ਵੀ 50 ਹੋਣੀ ਚਾਹੀਦੀ ਸੀ। 5 ਸਾਲ ਬਾਅਦ ਉਹ ਵੀ 50 ਦਾ ਹੋ ਜਾਏਗਾ, ਆਪਾਂ ਗਾਂ 55 ਦੇ ਹੋ ਜਾਵਾਂਗੇ। 55 ਵਾਲਾ 60 ਦਾ ਹੋਜੂ, 60 ਵਾਲਾ 65 ਦਾ ਹੋਜੂ। ਇਸ ਸੰਸਾਰ ਦੇ ਅੰਦਰ ਆਤਮਕ ਅਵਸਥਾ ਬੰਦੇ ਦੀ, ਇੱਕ ਬੰਦਾ ਕਿੱਥੇ ਖੜਾ ਕਿ ਉਹ ਪਰਮੇਸ਼ਰ ਦਾ ਰੂਪ ਹੋ ਗਿਆ। ਭਈ ਪ੍ਰਾਪਤ ਮਨੁੱਖ ਦੇਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ, ਉਹ ਮਿਲ ਗਿਆ। ਇੱਕ ਵਿਚਾਰਾ ਅਜੇ ਸੋਚੀ ਜਾਂਦਾ ਪਤਾ ਨਹੀਂ ਰੱਬ ਹੈਗਾ ਕਿ ਨਹੀਂ ਹੈਗਾ।
ਆਪਾਂ ਰੱਬ ਦੀ ਬਣਾਈ ਰਚਨਾ ਨੂੰ ਗਲਤ ਨਹੀਂ ਕਹਿ ਸਕਦੇ। ਫਸਲਾਂ ਵੀ ਕਈ ਵਾਰੀ ਸਾਰੀਆਂ ਇਕੱਠੀਆਂ ਨਹੀਂ ਪੱਕਦੀਆਂ, ਕਿਤੇ ਕਣਕ ਅਜੇ ਵਾਢੀ ਹੋ ਰਹੀ ਹੋਊਗੀ ਅਤੇ ਕਈਆਂ ਦੇ ਦਾਣੇ ਘਰ ਆ ਗਏ, ਕਿਸੇ ਪਹਿਲਾਂ ਆ ਜਾਂਦੀ ਚੀਜ਼ ਕਿਤੇ ਵੱਧ ਆ ਜਾਂਦੀ। ਮਹਾਰਾਜ ਕਹਿੰਦੇ ਨੇ ਰਚਨਾ ਸਾਚ ਬਣੀ ਸਭ ਕਾ ਏਕ ਤਨੀ, ਆਪ ਸਤ ਕੀਆ ਸਭ ਸਤ, ਆਸਾ ਕੀ ਵਾਰ ਚਾਹੁੰਦਾ, ਸੱਚੇ ਤੇਰੇ ਖੰਡ ਸੱਚੇ ਬ੍ਰਹਿਮੰਡ ਸੱਚੇ ਤੇਰੇ ਲੋ ਸੱਚੇ ਆਕਾਰ। ਮਾੜੀ ਚੀਜ਼ ਇੱਕੋ ਹੀ ਹੈ, ਬੰਦੇ ਦੀ ਹਉਮ ਹੈ। ਇਨਸਾਨ ਨੂੰ ਜਦੋਂ ਖੁਦ ਨੂੰ ਦੋ ਗੱਲਾਂ ਸਮਝ ਆ ਵੀ ਜਾਣ, ਦੂਜੇ ਬੰਦੇ ਨੂੰ ਸਮਝਣ ਜੋਗਾ ਉਹ ਮੌਕਾ ਸਮਾਂ ਵੀ ਦੇਣਾ ਨਹੀਂ ਚਾਹੁੰਦਾ। ਸੱਚਾਈ ਇਹ ਹੈ, ਹੁਕਮ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ। ਕਿਸੇ ਬੰਦੇ ਨੂੰ ਮਹਾਰਾਜ ਨੇ ਸਮਝ ਬਖਸ਼ਤੀ ਹੈ ਅਤੇ ਕਿਸੇ ਨੇ ਅਜੇ ਖੁਆਰ ਹੋਣਾ। ਫਰੀਦਾ ਮੌਤੈ ਦਾ ਬੰਨਾ ਇਵੇਂ ਦਿਸੈ ਜਿਉਂ ਦਰਿਆਵੈ ਢਾਹਾ, ਅੱਗੇ ਦੋਜਕ ਤਪਿਆ ਸੁਣੀਐ ਹੂਲ ਪਵੈ ਕਾਹਾ, ਇਕਨਾਂ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ। ਕਈਆਂ ਨੂੰ ਸਮਝ ਆ ਗਈ, ਕਈ ਐਂ ਬੇਪਰਵਾਹ ਫਿਰੀ ਜਾਂਦੇ, ਕੋਈ ਕੁਛ ਨਹੀਂ ਹੁੰਦਾ, ਇਹ ਜੱਗ ਮਿੱਠਾ ਅਗਲਾ ਕਿੰਨੇ ਡਿੱਠਾ, ਉਹ ਇੱਦਾਂ ਵੀ ਕਹਿ ਦਿੰਦੇ। ਇਕਨਾਂ ਨੂੰ ਸਭ ਸੋਝੀ ਆਈ ਇੱਕ ਫਿਰਦੇ ਬੇਪਰਵਾਹ, ਅਮਲ ਜੇ ਕੀਤਿਆ ਦੁਨੀ ਵਿੱਚ ਸੇ ਦਰਗਾਹ ਉਗਾਹ। ਬਾਬਾ ਫਰੀਦ ਜੀ ਕਹਿੰਦੇ ਜਿਹੜੇ ਕੰਮ ਕੀਤੇ ਨੇ ਇਹ ਗਵਾਹੀ ਤਾਂ ਜ਼ਰੂਰ ਦੇਣਗੇ ਨਾਲ ਉਹਦੀ ਦਰਗਾਹ ਦੇ ਵਿੱਚ, ਚੰਗੇ ਹੋਣ ਮਾੜੇ ਹੋਣ ਕੰਮ ਤੇਰੇ ਨਾਲ ਜਾਣਗੇ, ਤੂੰ ਮਨ ਚਾਹੇ ਨਾ ਮਨ। ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਕਿਹਾ, ਇੱਕ ਬ੍ਰਹਮ ਗਿਆਨੀ ਦੀ ਦ੍ਰਿਸ਼ਟੀ ਨਾਲ ਸੰਸਾਰ ਨੂੰ ਵੇਖੋ, ਸਾਰਾ ਸੰਸਾਰ ਉਹਦੀ ਸਿਫਤ ਵਿੱਚ ਲੱਗਾ ਦਿਸੇਗਾ। ਉਸਤਤ ਕਰੇ ਅਨੇਕ ਜਨ ਅੰਤ ਨਾ ਪਾਰਾਵਾਰ, ਨਾਨਕ ਰਚਨਾ ਪ੍ਰਭ ਰਚੀ ਬਹੁ ਵਿਧ ਅਨਕ ਪ੍ਰਕਾਰ। ਬੜੀਆਂ ਵਿਧੀਆਂ ਨਾਲ ਬੜੇ ਅਨੇਕਾਂ ਪ੍ਰਕਾਰਾਂ ਨਾਲ ਉਸ ਵਾਹਿਗੁਰੂ ਨੇ ਸੰਸਾਰ ਨੂੰ ਰਚਿਆ ਹੈ। ਅਸ਼ਟਪਦੀ ਕਈ ਕੋਟ ਹੋਏ ਪੁਜਾਰੀ, ਜਿਵੇਂ ਗੁਰੂ ਨਾਨਕ ਸਾਹਿਬ ਨੇ ਸੰਸਾਰ ਦਾ ਦਰਸ਼ਨ ਕਰਵਾਇਆ ਹੈ, ਇਹ ਸ੍ਰਿਸ਼ਟੀ ਦਾ ਦਰਸ਼ਨ ਕਰਾਇਆ, ਅਤੇ ਸਭ ਤੋਂ ਪਹਿਲਾਂ ਜਿਹੜੀਆਂ ਧਾਰਮਿਕ ਭੇਖ ਪਹਿਰਾਵੇ ਸ਼ਖਸੀਅਤਾਂ ਨਜ਼ਰ ਆਉਂਦੀਆਂ, ਜਿਨ੍ਹਾਂ ਤੋਂ ਬੰਦਾ ਬੜਾ ਪ੍ਰਭਾਵਿਤ ਹੈ, ਉਹਨਾਂ ਦਾ ਜ਼ਿਕਰ ਕੀਤਾ। ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਜੀ ਨੇ ਵੀ ਸਭ ਤੋਂ ਪਹਿਲਾਂ ਪਹਿਲੀ ਪੌੜੀ ਵਿੱਚ ਉਸੇ ਪੱਖ ਨੂੰ ਲਿਆ ਹੈ। ਇਸ ਸ੍ਰਿਸ਼ਟੀ ਵਿੱਚ ਅਣਗਿਣਤ ਕਈ ਕੋਟ, ਕੋਟ ਦੇ ਟੈਂਕੇ ਨੂੰ ਸਿਹਾਰੀਏ ਦਾ ਮਤਲਬ ਹੈ ਕਰੋੜ, ਕਈ ਕਰੋੜਾਂ ਹੀ ਪੁਜਾਰੀ ਹੋਏ ਹਨ। ਕੋਟ ਦੇ ਟੈਂਕੇ ਨੂੰ ਔਂਕੜ ਹੋਵੇ ਇਹਦਾ ਮਤਲਬ ਹੁੰਦਾ ਹੈ ਕਿਲਾ, ਕੋਟ ਦੇ ਟੈਂਕੇ ਨੂੰ ਸਿਹਾਰੀ ਇਹਦਾ ਮਤਲਬ ਹੈ ਕਰੋੜ। ਕਈ ਕੋਟ ਹੋਏ ਪੁਜਾਰੀ, ਇਸ ਸ੍ਰਿਸ਼ਟੀ ਵਿੱਚ ਅਕਾਲ ਪੁਰਖ ਦੀ ਪੂਜਾ ਕਰਨ ਵਾਲੇ ਕਰੋੜਾਂ ਹੀ ਪੁਜਾਰੀ ਹੋਏ ਹਨ। ਕਈ ਕੋਟ ਆਚਾਰ ਵਿਵਹਾਰੇ, ਆਚਾਰੀਆ ਲੋਕ ਆਚਾਰ ਵਿਹਾਰ ਕਰਨ ਵਾਲੇ, ਧਾਰਮਿਕ ਰੀਤਾਂ ਰਸਮਾਂ ਨਿਭਾਉਣ ਵਾਲੇ, ਕਈ ਪ੍ਰਕਾਰ ਦੇ ਧਾਰਮਿਕ ਵਿਵਹਾਰ ਰਸਮਾਂ ਨਿਭਾਉਣ ਵਾਲੇ ਉਹ ਆਚਾਰ ਜੀ ਹਨ, ਉਹ ਵੀ ਕਰੋੜਾਂ ਹੋਏ ਹਨ। ਕਈ ਕੋਟ ਭਏ ਤੀਰਥ ਵਾਸੀ, ਤੀਰਥਾਂ ਤੇ ਵਸਣ ਵਾਲੇ, ਭਏ ਭਏ ਮਤਲਬ ਹੋਏ, ਕਈ ਤੀਰਥਾਂ ਤੇ ਵਸਣ ਵਾਲੇ ਹੋਏ ਹਨ। ਤੀਰਥਾਂ ਤੇ ਵਸਣ ਵਾਲਾ ਕੋਈ ਇੱਕ ਨਹੀਂ, ਬਹੁਤ ਮਨੁੱਖ ਹਨ ਜਿਨ੍ਹਾਂ ਨੇ ਘਰ ਕਾਟ ਛੱਡੇ ਹਨ, ਤੀਰਥਾਂ ਤੇ ਡੇਰੇ ਲਾਏ ਹਨ। ਕਈ ਕੋਟ ਬਨ ਭਰਮ ਹੈ ਉਦਾਸੀ, ਤੇ ਕਈ ਕਰੋੜਾਂ ਹੀ ਹਨ ਜਿਹੜੇ ਬਨਾਂ ਜੰਗਲਾਂ 'ਚ ਭਰਮਦੇ ਹਨ, ਭਟਕਦੇ ਹਨ, ਉਦਾਸੀ ਹੋ ਕੇ ਵਿਚਰਦੇ ਹਨ। ਕਈ ਕੋਟ ਵੇਦ ਕੇ ਸਰੋਤੇ, ਅਣਗਿਣਤ ਹੋਣਗੇ, ਕਰੋੜਾਂ ਹੋਣਗੇ ਜਿਹੜੇ ਵੇਦਾਂ ਦੇ ਸਰੋਤੇ ਨੇ, ਗ੍ਰੰਥਾਂ ਨੂੰ ਪੜ੍ਹਨ ਵਾਲੇ, ਸੁਣਨ ਵਾਲੇ ਹਨ। ਕਈ ਕੋਟ ਤਪੀਸੁਰ ਹੋਤੇ, ਅਣਗਿਣਤ ਹਨ ਜਿਹੜੇ ਤਪਸਵੀ ਹਨ, ਤਪੀਸਰ ਹਨ, ਜੰਗਲਾਂ ਵਿੱਚ ਜਾਂਦੇ, ਪਹਾੜਾਂ 'ਚ ਜਾਂਦੇ, ਧੂਣੇ ਤਪਾਉਂਦੇ, ਸਰੀਰ ਨੂੰ ਦੁੱਖ ਦਿੰਦੇ ਹਨ ਅਤੇ ਆਪਣੇ ਆਪ ਨੂੰ
ਕਸ਼ਟ ਦੇ ਕੇ ਪਰਮਾਤਮਾ ਨੂੰ ਰਜਾਉਣ ਦਾ ਯਤਨ ਕਰਦੇ ਹਨ। ਕਈ ਕੋਟ ਆਤਮ ਧਿਆਨ ਧਾਰ, ਕਈ ਕਰੋੜਾਂ ਹੋਣਗੇ ਜਿਹੜੇ ਅੰਤਰ ਆਤਮੇ ਤਾੜੀ ਲਾਉਂਦੇ ਨੇ, ਸਮਾਧੀ ਲਾਉਂਦੇ ਨੇ ਔਰ ਸਮਾਧੀ ਵਿੱਚੋਂ ਪਰਮਾਤਮਾ ਨੂੰ ਲੱਭਣ ਦਾ ਯਤਨ ਕਰਦੇ ਹਨ। ਕਈ ਕੋਟ ਕਵ ਕਾਵ ਵਿਚਾਰ, ਕਈ ਹੋਣਗੇ ਜਿਹੜੇ ਕਵਿਤਾ ਲਿਖਦੇ ਨੇ, ਕਵਿਤਾ ਉਚਾਰਦੇ ਨੇ, ਕਾਵਿ ਦੀ ਵਿਦਿਆ ਦਾ ਪਿੰਗਲ ਦਾ ਅਧਿਐਨ ਕਰਦੇ ਹਨ। ਕਵ ਕਾਵ ਵਿਚਾਰ ਹੈ, ਕਈ ਪ੍ਰਕਾਰ ਦੇ ਅਣਗਿਣਤ ਹੋਣਗੇ ਜਿਹੜੇ ਉਸ ਕਾਵਿ ਨੂੰ ਵਿਚਾਰਨ ਵਾਲੇ, ਖੋਜਣ ਵਾਲੇ ਅਤੇ ਲਿਖਣ ਵਾਲੇ ਹਨ। ਕਈ ਕੋਟ ਨਵ ਤਨ ਨਾਮ ਧਿਆਵ, ਤੇ ਕਈ ਕਰੋੜਾਂ ਹੀ ਐਸੇ ਹੋਣਗੇ ਜਿਹੜੇ ਨਵ ਤਨ ਭਾਵ ਨਿਤ ਨਵਾਂ ਕੋਈ ਅੱਖਰ ਲੱਭਣ ਦੀ ਕੋਸ਼ਿਸ਼ ਕਰਦੇ ਨੇ, ਨਿਤ ਨਵਾਂ ਨਾਮ ਉਚਾਰਨ ਕਰਦੇ ਹਨ। ਨਾਨਕ ਕਰਤੇ ਕਾ ਅੰਤ ਨਾ ਪਾਵੈ, ਇਹਨਾਂ ਕੁਝ ਕਰਨ ਤੋਂ ਬਾਅਦ ਵੀ ਇਹ ਸਾਰੇ ਮਨੁੱਖ ਜਿਹੜੇ ਹਨ ਉਹਦਾ ਅੰਤ ਨਹੀਂ ਪਾ ਸਕਦੇ, ਨਾ ਪਾਉਂਦੇ ਹਨ, ਨਾ ਪਾ ਸਕਣਗੇ। ਸਾਰੀ ਪੌੜੀ ਦੇ ਵਿੱਚ ਗੁਰੂ ਮਹਾਰਾਜ ਜੀ ਦਾ ਜੋ ਪਾਵਨ ਬਚਨ ਹੈ, ਸਤਿਗੁਰਾਂ ਦਾ ਜੋ ਵਿਚਾਰ ਹੈ, ਸਤਿਗੁਰਾਂ ਦੀ ਜੋ ਭਾਵਨਾ, ਜੋ ਉਪਦੇਸ਼ ਸਤਿਗੁਰੂ ਸਾਡੀ ਝੋਲੀ 'ਚ ਪਾਉਣਾ ਚਾਹੁੰਦੇ ਨੇ, ਉਹ ਇਹ ਹੈ ਕਿ ਇਨਸਾਨ ਜਦੋਂ ਰੱਬ ਦੇ ਰਾਹ 'ਤੇ ਤੁਰਦਾ ਉਹ ਕਈਆਂ ਤੋਂ ਪ੍ਰਭਾਵਿਤ ਹੁੰਦਾ। ਕਦੀ ਉਹਨੂੰ ਲੱਗਦਾ ਵੀ ਆਹ ਠੀਕ ਹੈ, ਕਦੀ ਲੱਗਦਾ ਆਹ ਠੀਕ ਹੈ, ਪਰ ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਬੰਦੇ ਨੂੰ ਲੈ ਕੇ ਆਉਣਾ ਉਹਦੇ ਨਾਮ 'ਤੇ, ਉਹਦੀ ਬੰਦਗੀ 'ਤੇ, ਸਿਫਤ 'ਤੇ। ਨਾਮ ਤੋਂ ਬਿਨਾਂ ਬਾਕੀ ਸਾਰਾ ਕੁਝ ਬੰਦੇ ਦੀ ਹਉਮੈ ਨੂੰ ਵਧਾਉਣ ਵਾਲਾ ਹੁੰਦਾ। ਗੁਰੂ ਪਾਤਸ਼ਾਹ ਜੀ ਫਰਮਾਉਂਦੇ ਨੇ ਵੀ ਅਸੀਂ ਜਦੋਂ ਵੀ ਕੋਈ ਇੱਦਾਂ ਦਾ ਕਰਮ ਕਰਦੇ ਹਾਂ, ਆ ਜਿਨ੍ਹਾਂ ਦਾ ਹੁਣ ਜ਼ਿਕਰ ਆਇਆ ਸਾਰਿਆਂ ਦਾ, ਉਹ ਸਾਡੀ ਹਉਮੈ ਨੂੰ ਥੋੜ੍ਹਾ ਜਿਹਾ ਵਧਾ ਦਿੰਦੇ ਨੇ। ਆਪ ਗਵਾਏ ਨਾ ਆਪ ਗਿਣਾਇਆ, ਆਪੇ ਨੂੰ ਗਿਣਾਉਣ ਵਾਲਾ ਮਾਰਗ ਹੈ ਇਹ, ਜੋ ਹੈ ਸਾਡਾ ਆਪਾ ਗਵਾਉਣ ਵਾਲਾ ਮਾਰਗ ਹੈ। ਜਦੋਂ ਇਨਸਾਨ ਕਿਸੇ ਜਪੀ ਨੂੰ ਵੇਂਹਦਾ ਹੈ ਉਹਨੂੰ ਲੱਗਦਾ ਵੀ ਜਪ ਕਰਨਾ ਚਾਹੀਦਾ, ਕਿਸੇ ਤਪੀ ਨੂੰ ਵੇਂਹਦਾ ਫਿਰ ਉਹਨੂੰ ਲੱਗਦਾ ਵੀ ਨਹੀਂ ਤਪ ਕਰਨਾ ਠੀਕ ਆ, ਬੰਦਾ ਭਟਕ ਜਾਂਦਾ। ਗੁਰੂ ਨਾਨਕ ਸਾਹਿਬ ਜੀ ਦਾ 418 ਪੰਨੇ 'ਤੇ ਇੱਕ ਸ਼ਬਦ ਦਰਜ ਹੈ ਆਸਾ ਰਾਗ ਵਿੱਚ, ਉੱਥੇ ਮਹਾਰਾਜ ਨੇ ਦੱਸਿਆ ਕਿ ਬਹੁਤ ਦੁਨੀਆ ਬਹੁਤ ਕੁਛ ਕਰਦੀ ਆ। ਉੱਥੇ ਲਿਖਿਆ ਵੀ ਚਾਰੇ ਕੁੰਡਾਂ ਢੂੰਡੀਆਂ ਕੋ ਨੀਵੀਂ ਮੈਂਡਾ, ਜੇ ਤੁਧ ਭਾਵੈ ਸਾਹਿਬਾ ਤੂੰ ਮੈਂ ਹਾਂ ਤੈਂਡਾ, ਦਰ ਬੀਬਾ ਮੈਂ ਨੀਮ ਕੋ ਕਹਿ ਕਰੀ ਸਲਾਮ, ਕਹਿੰਦੇ ਮੈਂ ਕਿੱਥੇ ਸਲਾਮ ਕਰਾਂ, ਹਿੱਕੋ ਮੈਂਡਾ ਤੂੰ ਤਣੀ ਸਾਚਾ ਮੁੱਖ ਨਾਮ, ਸਿੱਧਾਂ ਸੇਵਣ ਸਿੱਧ ਪੀਰ ਮੰਗੈ ਰਿੱਧ ਸਿੱਧ, ਮੈਂ ਇੱਕ ਨਾਮ ਨਾ ਵਿਸਰੈ ਸਾਚੇ ਗੁਰਬੁੱਧ, ਪੰਡਿਤ ਪਾਂਧੇ ਜੋਏ ਸੀ ਨਿਤ ਪੜ੍ਹੈ ਪੁਰਾਣਾ, ਅੰਤਰ ਵਸਤ ਨਾ ਜਾਣਨੀ ਘੱਟ ਬ੍ਰਹਮ ਲੁਕਾਣਾ, ਇੱਕ ਤਪਸੀ ਬਨ ਮੈਂ ਤਪ ਕਰੈ ਨਿਤ ਤੀਰਥ ਵਾਸਾ, ਆਪ ਨਾ ਚੀਨੈ ਤਾਮਸੀ ਕਾਹੇ ਪਏ ਉਦਾਸਾ, ਇੱਕ ਬਿੰਦ ਯਤਨ ਕਰ ਰਾਖਦੇ ਸੇ ਜਤੀ ਕਹਾਵੈ, ਬਿਨ ਗੁਰ ਸ਼ਬਦ ਨਾ ਝੂਠੀ ਪਰਮਾਵੈ ਜਾਵੈ। ਅਖੀਰ 'ਤੇ ਮਹਾਰਾਜ ਨੇ ਵਡਿਆਈ ਕੀਤੀ ਗ੍ਰਿਸਤੀਆਂ ਦੀ, ਜਿਹੜੇ ਗ੍ਰਿਸਤੀ ਕਿਰਤ ਕਰਦੇ ਆ, ਨਾਮ ਜਪਦੇ, ਵੰਡ ਕੇ ਛਕਦੇ ਆ, ਸੱਚੇ ਪਾਤਸ਼ਾਹ ਨੇ ਉਹਨਾਂ ਦੀ ਸਿਫਤ ਕੀਤੀ ਹੈ। ਆਖਿਆ ਇੱਕ ਗਿਰਹੀ ਸੇਵਕ ਸਾਧਕਾ, ਗੁਰਮਤੀ ਲਾਗੇ ਨਾਮਦਾਨ ਇਸ਼ਨਾਨ ਦ੍ਰਿੜ, ਹਰ ਭਗਤ ਸੋ ਜਾਗੇ। ਗ੍ਰਿਸਤੀ ਉਹ ਜਿਹਦੇ ਕੋਲ ਨਾਮਦਾਨ ਅਤੇ ਇਸ਼ਨਾਨ ਹੋਵੇ ਉਹ ਗ੍ਰਿਸਤੀ ਅਸਲੀ ਧਰਮੀ ਆ, ਬਾਕੀ ਤਪਸਵੀ ਜਤੀ ਸਤੀ ਚਿਰ ਜੀਵਣੇ। ਸਾਰਿਆਂ ਨੂੰ ਮਹਾਰਾਜ ਨੇ ਉਸ ਰਸਤਿਆਂ ਨੂੰ ਰੱਦ ਕਰ ਦਿੱਤਾ। ਪਾਤਸ਼ਾਹ ਨੇ ਆਖਿਆ ਨਾਮ ਜਪਣਾ, ਕਿਰਤ ਕਰਨੀ, ਵੰਡ ਕੇ ਛਕਣਾ, ਸਾਫ਼ ਸੁਥਰਾ ਜੀਵਨ ਰੱਖਣਾ, ਇਹੀ ਇਹ ਭਗਤੀ ਹੈ ਔਰ ਇਹੀ ਭਗਤੀ ਸਫਲ ਹੈ, ਰੱਬ ਦੇ ਘਰ ਪ੍ਰਵਾਨ ਹੈ। ਬੰਦਾ ਜਿਨ੍ਹਾਂ ਤੋਂ ਪ੍ਰਭਾਵਿਤ ਹੁੰਦਾ ਉਹਨਾਂ ਨੂੰ ਮੁੱਖ ਰੱਖ ਕੇ ਚੱਲਦਾ ਅਤੇ ਸਾਰੀ ਜ਼ਿੰਦਗੀ ਉਸ ਲੇਖੇ ਲਾ ਦਿੰਦਾ, ਉਹ ਵੀ ਭਟਕੇ ਹੁੰਦੇ ਨੇ, ਆਪ ਵੀ ਭਟਕ ਜਾਂਦਾ। ਧੰਨ ਗੁਰੂ ਅਰਜਨ ਦੇਵ ਜੀ ਨੇ ਅੱਜ ਦੇ ਸ਼ਬਦ ਅੰਦਰ ਬੰਦੇ ਨੂੰ ਕਿਹਾ ਹੈ, ਤੂੰ ਕਿਹੜੇ ਪੁਜਾਰੀ ਦੇ ਮਗਰ ਲੱਗੇਗਾ, ਪੁਜਾਰੀ ਕਰੋੜਾਂ ਹਨ, ਕਿਹੜੇ ਤਪਸਵੀ ਨੂੰ ਪੂਜਣਾ ਚਾਹੁੰਦਾ ਹੈ, ਤਪਸਵੀ ਵੀ ਬੜੇ ਨੇ, ਬਹੁਤ ਹੋਣਗੇ ਜਿਹੜੇ ਤੀਰਥਾਂ 'ਤੇ ਬੈਠੇ ਨੇ, ਬਹੁਤ ਹੋਣਗੇ ਜਿਹੜੇ ਵੱਖਰੇ ਵੱਖਰੇ ਕਈ ਕੁਛ ਕਰ ਰਹੇ ਨੇ, ਪਰ ਯਾਦ ਰੱਖੀ ਇਹਨਾਂ ਕੁਝ ਕਰਕੇ ਵੀ ਕੋਈ ਰੱਬ ਦਾ ਅੰਤ ਨਹੀਂ ਪਾ ਸਕਦਾ।